ਪ੍ਰੇ ਦਾ ਲੋਡ ਸਭ ਕੋ ਜੈ ਮਸੀਹ ਕੀ ਖੁਦਾ ਨੂੰ ਖੁਦਾ ਦਾ ਸ਼ੁਕਰ ਕਰਦੇ ਹਾਂ ਅੱਜ ਦੇ ਅچھے ਸਮੇਂ ਕੇ ਲਈ ਉਹਨੇ ਸਾਡੇ ਜੀਵਨ ਚ ਇਹ ਸਮਾਂ ਦਿੱਤਾ ਕਿ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਆਈਏ ਔਰ ਉਹਦੇ ਪਵਿੱਤਰ ਕਲਾਮ ਦੇ ਵਿੱਚੋਂ ਅਸੀਂ ਸਿੱਖ ਸਕੀਏ ਹਾਲੇਲੂਇਆ ਸੋ ਥੋੜੇ ਸੈਕਿੰਡ ਅਸੀਂ ਵੇਟ ਕਰਾਂਗੇ ਤਾਂ ਕਿ ਅਪਡੇਟ ਸਾਰੇ ਲੋਕਾਂ ਤੱਕ ਪਹੁੰਚ ਜਾਵੇ ਔਰ ਮਚਮਾ ਕੇ ਤੁਹਾਡੇ ਲੋਕ ਜਿਹਨਾਂ ਨੂੰ ਥੋੜਾ ਕਨਫਿਊਜ਼ਨ ਹੈ ਕਈ ਵਾਰੀ ਲੋਕ ਫੇਸਬੁਕ ਦੇ ਉੱਤੇ ਵਾਚ ਕਰਦੇ ਰਹਿੰਦੇ ਸੋ ਕਈ ਵਾਰ ਇਹਨਾਂ ਨੂੰ ਨਹੀਂ ਪਤਾ ਲੱਗਦਾ ਸੋ ਇੱਕਦਮ ਅੰਤ ਅਸੀਂ ਵੇਟ ਕਰ ਲਵਾਂਗੇ ਤਾਂ ਕਿ ਲੋਕ ਜੁੜ ਸਕਣ ਹਾਲੇਲੂਇਆ ਸੋ ਉਹਨੇ ਦੇ ਖੁਦਾਬੁਤ ਦਾ ਸ਼ੁਕਰ ਕਰਦੇ ਹਾਂ ਇਨਕਾ ਕਿ ਉਹਦੀ ਮਹਿਮਦੀ ਸਤਿਤੀ ਹੋਵੇ ਔਰ ਅੱਜ ਦਾ ਬਚਨ ਬਹੁਤ ਸਾਰੇ ਲੋਕ ਇਸ ਜਰੀਏ ਤੋਂ ਸੁਣ ਸਕਣ ਹallelujah ਧੰਨਵਾਦ 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 ਹallelujah 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 ਮਹਿਮਾ ਹੋਵੇ ਉਸ خداਉਂ ਖੁਦਾ ਦੇ ਜਿਹੜੀ ਹਜ਼ੂਰੀ ਚ ਆਪਾਂ ਸਭ ਲੋਕ ਇਕੱਠੇ ਹੋਏ ਹallelujah ਧੰਨਵਾਦ ਕਰੀਏ ਉਸ ਖੁਦਾ ਦਾ ਹਾਲੇ ਲਈ ਸੋਸੀ ਪੜਾਂਗੇ ਬਾਈਬਲ ਦੇ ਵਿੱਚੋਂ ਇੱਕ ਵਚਨ ਰੋਮੀਓ ਦਾ ਖੱਤ ਸੰਤ ਪਾਲ ਉਸ ਦਾ ਲਿਖਿਆ ਹੋਇਆ ਰੋਮੀਓ ਦੇ ਨਾਮ ਖੱਤ ਔਰ ਦਾ ਦੋ ਅਧਿਆਇ ਔਰ ਉਹਦੀ 24 ਆਇਤ ਅਸੀਂ ਪੜਾਂਗੇ ਇਸ ਤਰ੍ਹਾਂ ਲਿਖਿਆ ਕਿਉਂਕਿ ਤੇਮਾਰੇ ਕਾਰਨ ਅਨ੍ਹੇ ਜਾਤੀਆਂ ਮੇਂ ਪਰਮੇਸ਼ਵਰ ਕੇ ਨਾਮ ਕੀ ਨਿੰਦਾ ਕੀ ਜਾਤੀ ਹੈ ਤੁਹਾਡੇ ਕਾਰਨ ਲਿਖਿਆ ਵਚਨ ਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਨਿੰਦਾ ਕੀਤੀ ਜਾਂਦੀ। ਸੋ ਇੱਕ ਵਿਸ਼ਵਾਸ ਚ ਆਏ ਹੋਏ ਬੰਦੇ ਦੇ ਲਈ ਇਸ ਤੋਂ ਵੱਡੀ ਖਤਰਨਾਕ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਉਹਦੇ ਕਾਰਨ ਗੈਰ ਮਸੀਹੀ ਲੋਕਾਂ ਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਨਿੰਦਾ ਹੋਵੇ। ਖੁਦਾਵੰਦ ਖੁਦਾ ਨੇ ਸਾਨੂੰ ਇਸ ਲਈ ਬੁਲਾਇਆ ਕਿ ਸਾਨੂੰ ਵੇਖ ਕੇ ਲੋਕ ਪਰਮੇਸ਼ਵਰ ਦੀ ਮਹਿਮਾ ਕਰਨ ਸਾਡੇ ਜੀਵਨ ਦੇਖ ਕੇ ਸਾਡੇ ਚਾਲ ਚੱਲਣ ਦੇ ਦੇਖ ਕੇ ਸਾਡੇ ਸੁਭਾਅ ਨੂੰ ਸਾਡੀਆਂ ਆਦਤਾਂ ਨੂੰ ਦੇਖ ਕੇ ਲੋਕ ਪਰਮੇਸ਼ਵਰ ਦੀ ਪ੍ਰਸ਼ੰਸਾ ਕਰਨ ਲੇਕਿਨ ਵਚਨ ਦੱਸਦਾ ਵੀ ਤੁਹਾਡੇ ਕਾਰਨ ਗੈਰ ਮਸੀਹੀ ਲੋਕਾਂ ਦੇ ਵਿੱਚ ਗੈਰ ਕੋਮਾ ਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਨਿੰਦਾ ਹੁੰਦੀ ਹੈ ਔਰ ਇਸ ਨਿੰਦਾ ਦੀ ਵਜ੍ਹਾ ਲਿਖਿਆ ਜਿ세 ਲਿਖਿਆ ਵੀ ਹੈ ਜੇ ਤੂੰ ਵਿਵਸਥਾ ਪਰ ਚਲੇ ਤੋ ਖਤਨੇ ਸੇ ਲਾਭ ਤੋ ਹੈ ਪਰੰਤੂ ਜੇ ਤੂੰ ਵਿਵਸਥਾ ਕੋ ਨਾ ਮਾਨੇ ਤੋ ਤੇਰਾ ਖਤਨਾ ਵੀ ਬਿਨ ਖਤਨਾ ਕੀ ਦਸ਼ਾ ਸੇ ਸੋਸੀ ਦੇਖਦੇ ਆ ਜਿਹੜੇ ਯਹੂਦੀ ਸੀਗੇ ਔਰ ਇਸرائیਲੀ ਸੀ ਉਹਨਾਂ ਦੇ ਲਈ ਜਿਹੜਾ ਖਤਨਾ ਉਹ ਬੜੀ ਇੱਕ ਉਹਨਾਂ ਦੇ ਲਈ ਪ੍ਰਾਉਡ ਤੇ ਕਮਾਂਡ ਦੀ ਗੱਲ ਸੀ ਉਸੇ ਤਰ੍ਹਾਂ ਅੱਜ ਮਸੀਹੀ ਲੋਕਾਂ ਦੇ ਲਈ ਵੀ ਬਪਤਿਸਮਾ ਜਿਹਨਾਂ ਨੇ ਲਿਆ ਆਇਆ ਜਿਹਨਾਂ ਨੇ ਪਵਿੱਤਰ ਆਤਮਾ ਪਾਇਆ ਆ ਉਹ ਸਮਝਦੇ ਆ ਕਿ ਜਿੱਦਾਂ ਉਹਨਾਂ ਨੂੰ ਇਹ ਪ੍ਰੌਡਸ ਇਹਨਾਂ ਖਤਨਾਕ ਰਾਹ ਕੇ ਕੇ ਅਸੀਂ ਪਰਮੇਸ਼ਵਰ ਦੀ ਖਾਸ ਪ੍ਰਜਾਾ ਉਸੇ ਤਰ੍ਹਾਂ ਮਸੀਹੀ ਜੀਵਨ ਦੇ ਵਿੱਚ ਬਪਤਿਸਮਾ ਪਾਇਆ ਹੋਇਆ ਬੰਦਾ ਵੀ ਬਿਲਕੁਲ ਉਸੇ ਤਰ੍ਹਾਂ ਹੀ ਸੋਚਦਾ ਆ ਲੇਕਿਨ ਉਦੋਂ ਵੀ ਜਦੋਂ ਪਰਮੇਸ਼ਵਰ ਨੇ ਉਹਨਾਂ ਦੇ ਅੱਗੇ ਇਹ ਸਾਰੀਆਂ ਚੀਜ਼ਾਂ ਰੱਖੀਆਂ ਉਹਨਾਂ ਵਿੱਚ ਵੀ ਪਰਮੇਸ਼ਵਰ ਚਾਹੁੰਦਾ ਸੀਗਾ ਕਿ ਉਹ ਮੇਰੇ ਨਾਮ ਦਾ ਭੈਖਾਂ ਉਹ ਮੇਰੇ ਕਾਨੂੰਨ ਵਿਵਿਧੀਆਂ ਵਿਵਸਥਾ ਦੇ ਉੱਤੇ ਚੱਲਣ ਸੋ ਪਰਮੇਸ਼ਵਰ ਦੇ ਨਾਮ ਦਾ ਭੈਖਾਨ ਤੋਂ ਮਤਲਬ ਇਹ ਨਹੀਂ ਕਿ ਪਰਮੇਸ਼ਵਰ ਇਨਸਾਨ ਨੂੰ ਡਰਾ ਕੇ ਰੱਖਣਾ ਚਾਹੁੰਦਾ ਐਸੀ ਨਹੀਂ ਗੱਲ ਹੈ ਪਰਮੇਸ਼ਵਰ ਡਰਾ ਕੇ ਨਹੀਂ ਰੱਖਣਾ ਚਾਹੁੰਦਾ ਉਹਦੇ ਨਾਮ ਦੇ ਭੈ ਦਾ ਮਤਲਬ ਹੈਗਾ ਕਿ ਇਨਸਾਨ ਸਮਝੇ ਕਿ ਪਰਮੇਸ਼ਵਰ ਉਹਨੂੰ ਮੁਹੱਬਤ ਕਿੰਨੀ ਕਰਦਾ ਹੈ ਔਰ ਜਿਹਨੂੰ ਅਸੀਂ ਮੁਹੱਬਤ ਕਰਦੇ ਹਾਂ ਕਦੇ ਵੀ ਅਸੀਂ ਨਹੀਂ ਚਾਹਾਂਗੇ ਸਾਡੀ ਕਿਸੇ ਗਲਤੀ ਦੇ ਕਾਰਨ ਉਸ ਦਾ ਦਿਲ ਦੁਖੇ ਸੋ ਭੈ ਦੇ ਜਦੋਂ ਗੱਲ ਆਉਂਦੀ ਹੈ ਪਰਮੇਸ਼ਵਰ ਦੇ ਡਰ ਦੀ ਜਦੋਂ ਗੱਲ ਆਉਂਦੀ ਹੈ ਤੇ ਡਰ ਇਹ ਹੈ ਕਿ ਸਾਡੀ ਕਿਸੇ ਵਜ੍ਹਾ ਕਾਰਨ ਪਰਮੇਸ਼ਵਰ ਦੇ ਨਾਮ ਦੀ ਨਿੰਦਾ ਨਾ ਹੋਵੇ ਪਰਮੇਸ਼ਵਰ ਦੇ ਨਾਮ ਦੀ ਬਦਨਾਮੀ ਨਾ ਹੋਵੇ ਤੇ ਸੰਤਪੁਰ ਉਸ ਦਿਖਦਾ ਆ ਤੁਹਾਡੇ ਕਾਰਨ ਗੈਰ ਘੋਮਾ ਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਨਿੰਦਾ ਹੁੰਦੀ ਹੈ ਸੋ ਹਰ ਇੱਕ ਵਿਸ਼ਵਾਸੀ ਹਰ ਮਸੀਹ ਹਰ ਇੱਕ ਸੇਵਕ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖੇ ਅੱਜ ਤੁਸੀਂ ਦੇਖ ਹੀ ਰਹੇ ਹੋ ਪੰਜਾਬ 'ਚ ਜੋ ਹਾਲਾਤ ਬਣੇ ਆਂ ਔਰ ਇਹੋ ਜਿਹੇ ਝੂਠੇ ਨਬੀਆਂ ਦੇ ਬਾਰੇ 'ਚ ਅਸੀਂ ਪਹਿਲਾਂ ਹੀ ਲੋਕਾਂ ਨੂੰ ਸਾਵਧਾਨ ਕੀਤਾ ਸੀ ਪਹਿਲਾਂ ਹੀ ਵਚਨ 'ਚੋਂ ਦਸ-ਦਸ ਕੇ ਵੇਰਵੇ ਲੋਕਾਂ ਨੇ ਦੱਸਿਆ ਸੀ ਕਿ ਤੁਸੀਂ ਜਿਹਨੂੰ ਕਹਿ ਰਹੇ ਹੋ ਨਾ ਕਿ ਪੰਜਾਬ ਦੇ ਵਿੱਚ ਬੜੀ ਬੇਦਾਰੀ ਆਈ ਹੈ ਕਿਦਰ ਇਹ ਨਾ ਹੋਵੇ ਕਿ ਜਿਹਨੂੰ ਤੁਸੀਂ ਬੇਦਾਰੀ ਸਮਝਦੇ ਹੋ ਇਹ ਅੱਗੇ ਜਾ ਕੇ ਮਸੀਹਤ ਦੇ ਗਿਰਨ ਦਾ ਕਾਰਨ ਬਣੇ ਮਸੀਹਤ ਦੀ ਬਦਰਮੀ ਦਾ ਕਾਰਨ ਬਣੇ ਸੋ ਇਹ ਪਿਛਲੇ ਕਈ ਸਾਲਾਂ ਤੋਂ ਅਸੀਂ ਲੋਕਾਂ ਨੂੰ ਇਸ ਚੀਜ਼ ਤੋਂ ਸਾਵਧਾਨ ਕਰਦੇ ਸੀ ਔਰ ਉਹ ਅੱਜ ਤੁਸੀਂ ਦੇਖ ਰਹੇ ਹੋ ਕਿ ਜੋ ਕਿਹਾ ਸੀਗਾ ਉਹ ਹੋਇਆ ਉਕਾਦੀਲੀ ਹੋਇਆ ਕਿਉਂਕਿ ਵਚਨ ਹੀ ਦੱਸਦਾ ਹੈ ਵੀ ਅੰਤ ਸਮੇਂ ਦੇ ਵਿੱਚ ਲੋਕ ਇਹੋ ਜਿਹੇ ਸਿਸਟਮ ਦੇ ਵਿੱਚ ਆਉਣਗੇ ਜੈਸਾ ਅਸੀਂ ਵਚਨ ਦੇ ਵਿੱਚੋਂ ਪੜ੍ਹਦੇ ਆ ਇੱਕ ਰੈਫਰੈਂਸ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਲਿਖਿਆ ਦੂਸਰਾ ਤਿਮੋਥੀਸ 4 ਜਾਏ ਦੀ 3 ਐਤ ਵਿੱਚ ਇੱਕ ਸਮਾਂ ਆਵੇਗਾ ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ ਸੋ ਅੱਜ ਉਹ ਸਮਾਂ ਆ ਗਿਆ ਹੈ ਲੋਕਾਂ ਨੂੰ ਸੱਚੇ ਉਪਦੇਸ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਦੀਆਂ ਮੁਰਾਦਾ ਕਿੱਥੇ ਪੂਰੀਆਂ ਹੋ ਸਕਦੀਆਂ ਹਨ ਉਹਨਾਂ ਨੂੰ ਬਿਮਾਰੀ ਤੋਂ ਚੰਗਿਆਈ ਕਿੱਥੇ ਮਿਲ ਸਕਦੀ ਹੈ ਉਹਨਾਂ ਨੂੰ ਉਹਨਾਂ ਦੀਆਂ ਖੁਆਇਸ਼ਾਂ ਕਿੱਥੇ ਜਾ ਕੇ ਪੂਰੀਆਂ ਹੋ ਸਕਦੀਆਂ ਇਸ ਚੀਜ਼ ਦੇ ਨਾਲ ਮਤਲਬ ਇਹ ਆ ਉਹਨਾਂ ਨੂੰ ਪਰਮੇਸ਼ਵਰ ਦੇ ਸੱਚੇ ਉਪਦੇਸ਼ ਦੇ ਨਾਲ ਕੋਈ ਲੈਣਾ ਜਿਹੜਾ ਨਹੀਂ ਸੋ ਜਿੰਨੀ ਦੇਰ ਤੱਕ ਇੱਕ ਇਮਾਨਦਾਰ ਇੱਕ ਵਿਸ਼ਵਾਸੀ ਸੱਚਾ ਉਪਦੇਸ਼ ਨਹੀਂ ਨਾ ਸੁਣੂਗਾ ਉਨਨੇ ਦੇ ਤੱਕ ਪਰਮੇਸ਼ਵਰ ਦੇ ਲਈ ਉਹਦੇ ਅੰਦਰ ਗੈਰਤ ਅਣਖ ਨਹੀਂ ਜਾ ਸਕਦੀ। ਇਸ ਲਈ ਸਭ ਤੋਂ ਜ਼ਰੂਰੀ ਆ ਜਿਹੜਾ ਪਰਮੇਸ਼ਵਰ ਦੇ ਵਿੱਚ ਆ ਗਿਆ ਜਿਸ ਨੂੰ ਪਰਮੇਸ਼ਵਰ ਨੂੰ ਪਹਿਚਾਨਣ ਦਾ ਮੌਕਾ ਮਿਲਿਆ ਜਾਂ ਜਿਸ ਨੂੰ ਪਰਮੇਸ਼ਵਰ ਨੇ ਮੌਕਾ ਦਿੱਤਾ ਕਿ ਉਹ ਪਰਮੇਸ਼ਵਰ ਨੂੰ ਪਹਿਚਾਨ ਸਕੇ ਉਹਦੀ ਸਭ ਤੋਂ ਪਹਿਲੀ ਇਹ ਜ਼ਿੰਮੇਵਾਰੀ ਹੈ ਕਿ ਉਹ ਸੱਚੇ ਉਪਦੇਸ਼ ਦਾ ਪਿੱਛਾ ਕਰੇ ਕਿਉਂਕਿ ਸੱਚੇ ਉਪਦੇਸ਼ ਦੇ ਵਿੱਚ ਹੀ ਜ਼ਿੰਦਗੀ ਹੈ ਇਸ ਲਈ ਯਿਸੂਸੀ ਨੂੰ ਕਹਿਣਾ ਪਿਆ ਸੀ ਯਹੂਦੀਆਂ ਨੂੰ ਤੁਸੀਂ ਆਪਣੇ ਪਾਪਾਂ ਦੇ ਵਿੱਚ ਮਰੋਗੇ ਤੁਸੀਂ ਆਪਣੇ ਪਾਪਾਂ ਦੇ ਵਿੱਚ ਮਰੋਗੇ ਜਦੋਂ ਤੱਕ ਤੁਸੀਂ ਇਹ ਯਕੀਨ ਨਹੀਂ ਕਰ ਲੈਂਦੇ ਕਿ ਮੈਂ ਉਹ ਹੀ ਹਾਂ ਸੋ ਦੇਖਦੇ ਹਾਂ ਬਚਨ ਦੇ ਵਿੱਚ ਕਿ Yesu مسی کہہ ਰਿਹਾ ਉਸ ਕੌਮ ਨੂੰ ਜਿਹਦੇ ਲਈ ਬਹੁਤ ਵੱਡੀ ਪਰਮੇਸ਼ਰ ਦੀ ਯੋਜਨਾ ਬੜੀ ਵੱਡੀ ਪਲਾਨ ਹੈ ਉਹਨਾਂ ਨੇ ਯਸੂ مسی کہہ ਰਿਹਾ ਤੁਸੀਂ ਆਪਣੇ ਪਾਪਾਂ ਦੇ ਵਿੱਚ ਮਰੋਗੇ ਸੋ ਅਗਰ ਇੱਕ ਇਨਸਾਨ ਬਿਮਾਰੀ ਤੋਂ ਸ਼ਿਫਾ پا ਕੇ ਫਿਰ ਵੀ ਉਹ ਪਾਪ ਦਾ ਗੁਲਾਮ ਰਵੇ ਤੇ ਉਹਨੂੰ ਬਿਮਾਰੀ ਤੋਂ ਸ਼ਿਫਾ ਪਾਉਣ ਦਾ ਫਿਰ ਕੋਈ ਲਾਭ ਨਹੀਂ ਮੈਂ ਬਹੁਤ ਵਾਰ ਦੱਸਦਾ ਕਈ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਅਸਿੱਤ ਚੰਗਿਆਈ ਵਾਲੇ ਹਿੱਸੇ ਨੂੰ ਆਪਣੇ ਉਪਦੇਸ਼ ਦੇ ਵਿੱਚੋਂ ਬਾਹਰ ਕੱਢਦੇ ਆਂ ਬਹੁਤ ਸਾਰੇ ਲੋਕਾਂ ਨੂੰ ਐਸਾ ਪ੍ਰਤੀਤ ਹੁੰਦਾ ਹੈ ਔਰ ਕਈ ਵਾਰੀ ਕਮੈਂਟਾਂ ਦੇ ਦੁਆਰਾ ਜਾਂ ਲੋਕਾਂ ਨਾਲ ਜਦੋਂ ਚਰਚਾ ਚੱਲਦੀ ਹੈ ਉਹਦੇ ਦੁਆਰਾ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਸੋ ਕੱਲ ਵੀ ਖੁਦਾ ਦੇ ਸੇਵਕ ਦੇ ਨਾਲ ਗੱਲ ਹੋ ਰਹੀ ਸੀ ਔਰ ਇਸੇ ਚੀਜ਼ ਤੇ ਚਰਚਾ ਚੱਲ ਰਹੀ ਸੀ ਕਿ ਵਚਨ ਨੂੰ ਵਧਾਉਣਾ ਵੀ ਜਿਹੜਾ ਆ ਉਹ ਵੀ ਗੁਨਾਹ ਠਹਿਰਦਾ ਹੈ ਤੇ ਵਚਨ ਨੂੰ ਘਟਾਉਣਾ ਵੀ ਗੁਨਾਹ ਠਹਿਰਦਾ ਹੈ ਅਗਰ ਅਸੀਂ ਇਸ ਸੇਵਕਾਈ ਦੇ ਹਿੱਸੇ ਦੇ ਵਿੱਚੋਂ ਕਿਸੇ ਚੀਜ਼ ਦੇ ਵਿੱਚ ਵਾਧਾ ਕਰਦੇ ਹਾਂ ਉਹ ਵੀ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਗੁਨਾਹ ਹੈ ਤੇ ਜੇ ਅਸੀਂ ਕਿਸੇ ਚੀਜ਼ ਵਿੱਚੋਂ ਕੱਢਦੇ ਹਾਂ ਜਾਂ ਕਿਸੇ ਚੀਜ਼ ਵਿੱਚੋਂ ਹਟਾਉਂਦੇ ਹਾਂ ਤੇ ਉਹ ਵੀ ਗੁਨਾਹ ਹੈ ਸੋ ਇਸ ਲਈ ਬੱਚੇ ਦੇਖਿਆ ਨਾ ਤੂੰ ਕੁਛ ਵਧਾਵੇਂ ਤੇ ਨਾ ਕੁਛ ਘਟਾਵੇਂ ਸੋ ਜੇ ਮੈਂ ਵਧਾਵਾ ਤਾਂ ਵੀ ਮੈਂ ਗੁਨੇਕਾਰ ਹਾਂ ਤੇ ਜੇ ਮੈਂ ਘਟਾਵਾਂ ਤੇ ਤਾਂ ਵੀ ਮੈਂ ਗੁਨੇਗਾ ਠਹਿਰਦਾ ਹਾਂ ਸੋ ਇਸ ਲਈ ਇੱਕ ਸੇਵਕ ਹੋਣ ਦੇ ਨਾਤੇ ਮੈਨੂੰ ਕੀ ਚਾਹੀਦਾ ਹੈ ਸੰਤ ਪਲੂਸ ਕਹਿੰਦਾ ਮੈਂ ਉਹਦੇ ਫਜ਼ਲ ਵਿੱਚ ਰਹਿ ਕੇ ਇਸ ਵਚਨ ਦਾ ਪੂਰਾ ਪੂਰਾ ਪ੍ਰਚਾਰ ਕੀਤਾ ਸੋ ਇੱਕ ਸੇਵਕ ਦੀ ਫਿਰ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਚਨ ਦਾ ਪੂਰਾ ਪੂਰਾ ਪ੍ਰਚਾਰ ਕਰੇ ਇਸ ਲਈ ਅਗਰ ਕਿਸੇ ਨੂੰ ਲੱਗਦਾ ਕਿ ਅਸੀਂ ਚੰਗਿਆਈ ਨੂੰ ਵਿੱਚੋਂ ਕੱਢ ਦਿੱਤਾ ਹੈ ਤੇ ਮੈਂ ਇਹ ਦੱਸਣਾ ਚਾਹੁੰਦਾ ਐਸੀ ਕੋਈ ਗੱਲ ਨਹੀਂ ਅਸੀਂ ਚੰਗਿਆਈ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਲੋਕ ਚੰਗੇ ਹੁੰਦੇ ਸੀ ਚੰਗੇ ਚੰਗੇ ਹੁੰਦੇ ਆ ਤੇ ਚੰਗੇ ਹੁੰਦੇ ਰਹਿਣਗੇ ਅਸੀਂ ਇੱਕ ਨਵਾਂ ਉਪਰਾਲਾ ਕੀਤਾ ਸੀ ਇੱਕ ਸਟੈਪ ਅੱਗੇ ਵੱਧ ਕੇ ਕਿ ਚੰਗਿਆਈ ਸਬਾਵਾਂ ਚਰਉਣ ਵਾਲੇ ਤੇ ਬਹੁਤ ਲੋਕ ਹੈਗੇ ਆ ਜ਼ਿਆਦਾਤਰ ਗਿਣਤੀ ਦੇ ਵਿੱਚ ਚੰਗਿਆਈ ਦੇ ਉੱਤੇ ਹੀ ਸੇਵਕਾਂ ਚੱਲ ਰਹੀ ਹੈ ਸੋ ਕਿਉਂ ਨਾ ਜਦੋਂ ਏਡੇ ਵੱਡੇ ਲੈਵਲ ਦੇ ਉੱਤੇ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਚੰਗਿਆਈ ਦੇ ਉੱਤੇ ਸੇਵਾ ਚੱਲ ਰਹੀ ਹੈ ਤੇ ਅਸੀਂ ਉਹਨਾਂ ਚੰਗਿਆਈ ਪਾਏ ਹੋਏ ਲੋਕਾਂ ਨੂੰ ਵਚਨ ਦਸੀਏ ਉਹਨਾਂ ਨੂੰ ਦਸੀਏ ਸੱਚਾ ਉਪਦੇਸ਼ ਜਿਹੜਾ ਆ ਉਹ ਕੀ ਹੈ ਤਾਂ ਕਿ ਮਸੀਹ ਦੇ ਵਿੱਚ ਇੱਕ ਆਏ ਹੋਏ ਬੰਦੇ ਦੇ ਜੀਵਨ ਦੇ ਵਿੱਚ ਮਸੀਹ ਦੀ ਉਹ ਸਾਰੀ ਯੋਜਨਾ ਪੂਰੀ ਹੋਵੇ ਮੈਂ ਬਹੁਤ ਸਾਰੇ ਲੋਕਾਂ ਨੂੰ ਮਸੀਹ ਦੇ ਵਿੱਚ ਆਉਂਦੇ ਵੇਖਿਆ ਮਸਜਿਦ ਦੇ ਵਿੱਚ ਚੱਲਦੇ ਵੇਖਿਆ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹ ਮਸਜਿਦ ਦੇ ਵਿੱਚ ਮਰ ਨਹੀਂ ਸਕੇ ਸੋ ਵਚਨ ਕਹਿੰਦਾ ਹੈ ਮਸਜਿਦ ਦੇ ਵਿੱਚ ਪੈਦਾ ਹੋਣਾ ਮਸਜਿਦ ਦੇ ਵਿੱਚ ਵਧਣਾ ਤੇ ਮਸਜਿਦ ਦੇ ਵਿੱਚ ਮਰਨਾ ਜਿਹੜਾ ਇਹ ਤਿੰਨ ਕੰਡੀਸ਼ਨਾਂ ਦੇ ਵਿੱਚੋਂ ਗੁਜ਼ਰ ਜਾਵੇਗਾ ਉਹ ਹੀ ਆ ਜਿਹੜਾ ਉਹਦੇ ਰਾਜ ਦੇ ਅਧਿਕਾਰੀ ਹੋਣ ਦੇ ਯੋਗ ਆ ਸੋ ਇਸ ਲਈ ਫਿਰ ਇਹ ਜ਼ਰੂਰੀ ਹੋ ਜਾਂਦਾ ਆ ਕਿ ਅਸੀਂ ਇਹਨਾਂ ਬਰੀਕੀਆਂ ਨੂੰ ਸਮਝੀਏ ਸੋ ਉਹ ਜਿਹੜੇ ਮਸੀਦ ਦੇ ਵਿੱਚ ਪੈਦਾ ਹੋਏ ਮਸੀਦ ਦੇ ਵਿੱਚ ਵਧੇ ਪਰ ਮਸੀਦ ਦੇ ਵਿੱਚ ਮਰ ਨਹੀਂ ਸਕੇ ਉਹਦੀ ਵਜ੍ਹਾ ਇਹ ਹੋਈ ਕਿ ਉਹ ਮਸੀਹ ਨੂੰ ਸਿਰਫ ਇੱਕ ਸ਼ਾਫੀ ਦਾ ਤਾਂ ਸਮਝ ਕੇ ਆਏ ਸੀ ਉਹਨਾਂ ਨੂੰ ਸਿਰਫ ਇਦਾਂ ਲੱਗਾ ਵੀ ਮਸੀਦ ਦੇ ਨਾਮ ਦੇ ਵਿੱਚ ਸ਼ਿਫਾ ਮਿਲਦੀ ਹੈ ਤੇ ਜਿਹਨੂੰ ਸ਼ਿਫਾ ਮਿਲ ਜਾਂਦੀ ਹੈ ਉਹਨੂੰ ਨਜ਼ਾਤ ਮਿਲ ਜਾਂਦੀ ਹੈ ਜਿਹਨੂੰ ਸ਼ਿਫਾ ਮਿਲ ਗਈ ਜਿਹਨੇ ਤੋਬਾ ਕਰਕੇ ਬਪਤਿਸਮਾ ਲੈ ਲਿਆ ਉਹਦੀ ਨਜ਼ਾਤ ਦਾ ਐਲਾਨ ਹੋ ਗਿਆ ਸੋ ਅਗਿਆਨਤਾ ਦੇ ਕਾਰਨ ਉਪਦੇਸ਼ ਦੀ ਕਮੀ ਦੇ ਕਾਰਨ ਉਹ ਲੋਕ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕੇ ਔਰ ਜਦੋਂ ਇੱਕ ਵਾਰ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਹੋਇਆ ਉਹਨਾਂ ਨੂੰ ਚੰਗਿਆਈ ਮਿਲ ਗਈ ਦੁਬਾਰਾ ਉਹਨਾਂ ਦੀ ਜ਼ਿੰਦਗੀ 'ਚ ਜਦੋਂ ਪ੍ਰੋਬਲਮ ਆਈ ਤੇ ਫਿਰ ਉਹਦੇ ਮੁਤਾਬਕ ਉਹ ਜੋ ਚਾਹੁੰਦੇ ਸੀ ਉਸ ਮੁਤਾਬਕ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਨਹੀਂ ਹੋ ਸਕਿਆ ਉਹਦੋਂ ਫਿਰ ਉਹ ਠੋਕਰ ਖਾ ਕੇ ਪਿੱਛੇ ਚਲੇ ਗਏ ਫਿਰ ਕਿਉਂਕਿ ਉਹ ਪਹਿਲਾਂ ਵੀ ਇਸੇ ਨੀਤ ਨਾਲ ਐਸੀ ਕਿ ਪ੍ਰਭੂ ਯਿਸੂ ਮਸੀਹ ਬਿਮਾਰੀ ਜੰਗਾ ਕਰਦਾ ਜਦੋਂ ਫਿਰ ਉਹਨਾਂ ਦੀ ਬਿਮਾਰੀ ਠੀਕ ਨਹੀਂ ਹੋਈ ਜਾਂ ਉਹਨਾਂ ਦੀ ਜ਼ਰੂਰਤ ਪੂਰੀ ਨਹੀਂ ਹੋਈ ਤੇ ਫਿਰ ਉਹ ਇੱਕ ਐਤਵਾਰ ਦੋ ਐਤਵਾਰ ਚਾਰ ਐਤਵਾਰ 10 ਐਤਵਾਰ ਉਹਨੇ ਦੇਖਿਆ ਤੇ ਜਦੋਂ ਉਹਨੇ ਦੇਖਿਆ ਵੀ ਹੁਣ ਕੰਮ ਨਹੀਂ ਹੋ ਰਿਹਾ ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਸ਼ੈਤਾਨ ਭਰਮ ਪਾ ਦਿੰਦਾ ਵੀ ਨਹੀਂ ਉਹ ਜਿਹੜਾ ਤੁਹਾਡੀ ਜ਼ਿੰਦਗੀ ਵਿੱਚ ਮੌਜਜਾ ਚੰਬਾ ਹੋਇਆ ਸੀ ਚੰਗਿਆਈ ਤੁਹਾਨੂੰ ਮਿਲੀ ਸੀ ਨਾ ਉਹ ਬਾਈ ਚਾਂਸ ਸੀ ਸਿਕਾ ਕੁਝ ਅਚਾਨਕ ਹੋਇਆ ਸੀ ਇਹਦੇ ਵਿੱਚ ਕੋਈ ਏਡੀ ਗੱਲ ਨਹੀਂ ਫਿਰ ਉਹ ਪ੍ਰਭੂ ਯਿਸੂ ਮਸੀਹ ਤੋਂ ਦੂਰ ਹੋ ਜਾਂਦੇ ਆ ਤੇ ਫਿਰ ਉਹ ਐਸੀਆਂ ਜਗ੍ਹਾ ਫਿਰ ਦੁਬਾਰਾ ਤੋਂ ਲੱਭਣੀਆਂ ਸ਼ੁਰੂ ਕਰ ਦਿੰਦੇ ਆ ਕਿ ਸਾਨੂੰ ਕਿਸੇ ਤਰ੍ਹਾਂ ਚੰਗਿਆਈ ਬਰਕਤ ਆਸ਼ਿਸ਼ ਮਿਲ ਜਾਵੇ ਸੋ ਇਹੋ ਜਿਹੇ ਲੋਕ ਫਿਰ ਗਿਰ ਜਾਂਦੇ ਆ ਠੋਕਰ ਖਾ ਕੇ ਟੁੱਟ ਜਾਂਦੇ ਆ ਔਰ ਫਿਰ ਮਸਜਿਦ ਤੋਂ ਬਹੁਤ ਜ਼ਿਆਦਾ ਦੂਰ ਹੋ ਜਾਂਦੇ ਆ ਔਰ ਮਸੀਹ ਰਹਿਤ ਮਰ ਜਾਂਦੇ ਆ ਫਿਰ ਇਸ ਲਈ ਅਸੀਂ ਇਹ ਉਪਰਾਲਾ ਕੀਤਾ ਸੀ ਕਿ ਅਸੀਂ ਚੰਗਿਆਈ ਤੋਂ ਥੋੜਾ ਉੱਪਰ ਉੱਠ ਕੇ ਇੱਕ ਸਟੈਪ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਪਦੇਸ਼ ਵਾਲੇ ਪਾਸੇ ਲਾਈਏ ਸੋ ਉਪਦੇਸ਼ ਵਾਲੇ ਪਾਸੇ ਲਾਉਣ ਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਚੰਗਿਆਈ ਦੀ ਕਦੀ ਵਿਰੋਧਤਾ ਕੀਤੀ ਹੈ ਅਸੀਂ ਕਰਮਾਤਾ ਦੀ ਕਦੀ ਵਿਰੋਧਤਾ ਕੀਤੀ ਹੈ ਅਸੀਂ ਮੌਜਜਿਆਂ ਤੇ ਅਚੰਬਿਆਂ ਦੀ ਕਦੀ ਵਿਰੋਧਤਾ ਕੀਤੀ ਐਸੀ ਕੋਈ ਗੱਲ ਨਹੀਂ ਕਿਉਂਕਿ ਐਸੀ ਸੇਵਕਾਈ ਕਰਨ ਵਾਲੇ ਬਹੁਤ ਸਨ ਇਸ ਲਈ ਅਸੀਂ ਸੋਚਿਆ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਹੋ ਸਕੇ ਉਪਦੇਸ਼ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਈਏ ਸੋ انسان ਦੀ ਜ਼ਿੰਦਗੀ ਜਿਹੜੀ ਹੈ ਇਹ ਸਾਰੀ ਜ਼ਿੰਦਗੀ ਤਜਰਬੇ ਹੀ ਕਰਦਾ ਰਹਿੰਦਾ ਹੈ। ਕਈ ਤਜਰਬੇ ਜਦੋਂ ਕਰਦਾ ਹੈ ਕਈਆਂ ਦੇ ਵਿੱਚ ਇਹਨੂੰ ਬਹੁਤ ਸਾਰੇ ਰਿਜ਼ਲਟ ਜਿਹੜੇ ਪੋਜ਼ਿਟਿਵ ਮਿਲਦੇ ਆ। ਕਈ ਤਜਰਬਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਰਿਜ਼ਲਟ ਆਫ ਨੈਗੇਟਿਵ ਵੀ ਹੋ ਜਾਂਦੇ ਆ। ਸੋ ਇਸ ਲਈ ਬਚਨ ਜਿਵੇਂ ਲਿਖਿਆ ਨਾ ਵਧਾਵੇਂ ਤੇ ਨਾ ਕੁਛ ਘਟਾਵੇਂ। ਸੋ ਇਸ ਲਈ ਅਸੀਂ ਬਾਰ-ਬਾਰ ਦੱਸਦੇ ਆ ਕਿ ਅਸੀਂ ਜਦੋਂ ਸੁਸਮਾਚਾਰ ਦੀ ਗੱਲ ਕਰਦੇ ਆਂ ਜਦੋਂ ਖੁਸ਼ਖਬਰੀ ਦੀ ਗੱਲ ਕਰਦੇ ਆਂ ਜਦੋਂ ਉਪਦੇਸ਼ ਦੀ ਗੱਲ ਕਰਦੇ ਆਂ ਤੇ ਉਹ ਉਪਦੇਸ਼ ਜਿਹੜਾ ਲੈ ਕੇ ਅਸੀਂ ਨਿਕਲੇ ਆਂ ਇਹ ਸਾਰੀਆਂ ਚੀਜ਼ਾਂ ਉਸ ਉਪਦੇਸ਼ ਦਾ ਹੀ ਹਿੱਸਾ ਆ ਬਿਮਾਰਾਂ ਲਈ ਪ੍ਰਾਰਥਨਾ ਅਸੀਂ ਵੀ ਕਰਦੇ ਸੀ ਬਿਮਾਰਾਂ ਦੀ ਪ੍ਰਾਰਥਨਾ ਅਸੀਂ ਹੁਣ ਵੀ ਕਰਦੇ ਆਂ ਤੇ ਜਦੋਂ ਕੋਈ ਬਿਮਾਰ ਸਾਨੂੰ ਕਹਿੰਦਾ ਹੈ ਉਹਦੇ ਲਈ ਪ੍ਰਾਰਥਨਾ ਅਸੀਂ ਹੁਣ ਵੀ ਕਰਦੇ ਆਂ ਐਸੀ ਕੋਈ ਮਸਲਾ ਨਹੀਂਗਾ ਸਿਰਫ ਇਹ ਜਿਹੜਾ ਮਸੀਹ ਦੀ ਪਹਿਚਾਣ ਦੇ ਵਿੱਚ ਆ ਜਾਂਦਾ ਆ ਉਹਦੇ ਉੱਤੇ ਫਿਰ ਅਸੀਂ ਜ਼ੋਰ ਲਾਉਨੇ ਆ ਵੀ ਇਹ ਹੁਣ ਇਹਨਾਂ ਚੀਜ਼ਾਂ ਤੋਂ ਉੱਠ ਕੇ ਥੋੜਾ ਅੱਗੇ ਵਧੇ ਇਹ ਸਿਰਫ ਇਹਨਾਂ ਚੀਜ਼ਾਂ ਤੱਕ ਹੀ ਸੀਮਤ ਨਾ ਰਹਿ ਜਾਵੇ ਇਹ ਇਸੇ ਚੀਜ਼ ਨੂੰ ਕਿਤੇ ਉਹ ਹਮੇਸ਼ਾ ਦੀ ਜ਼ਿੰਦਗੀ ਸਮਝ ਕੇ ਬੈਠ ਨਾ ਜਾਵੇ ਇਸ ਲਈ ਅਸੀਂ ਕੋਸ਼ਿਸ਼ ਕਰਦੇ ਆਂ ਫਿਰ ਜਿਹਨੂੰ ਕਿਉਂਕਿ ਸਭ ਤੋਂ ਪਹਿਲਾਂ ਤੇ ਇਨਸਾਨ ਦੇ ਲਈ ਇਹ ਹੁੰਦਾ ਉਹਨੂੰ ਇਹ ਯਕੀਨ ਹੋਵੇ ਕਿ ਪਰਮੇਸ਼ਵਰ ਹੈਗਾ ਹੈ ਉਹਦੇ ਲਈ ਜ਼ਰੂਰੀ ਹੈ ਕਿ ਉਹਦੀਆਂ ਅੱਖਾਂ ਦੇ ਸਾਹਮਣੇ ਕੋਈ ਮੌਜੂਜ ਜਾਂ ਅਚੰਭਾ ਕਰਾਮਾਤ ਹੋਵੇ। ਫਿਰ ਜਦੋਂ ਉਹਦੇ ਅੱਖਾਂ ਦੇ ਅੱਗੇ ਮੌਜੂਜ ਜਾਂ ਅਚੰਭਾ ਕਰਾਮਾਤ ਹੁੰਦੀ ਹੈ ਤੇ ਉਹਦੇ ਮਨ ਚੋਂ ਇਹ ਫਿਰ ਭਰਮ ਟੁੱਟਦਾ ਹੈ ਜਿਹੜਾ ਉਹਨੇ ਕਈ ਵਾਰੀ ਪਾ ਲਿਆ ਹੁੰਦਾ ਵੀ ਸ਼ਾਇਦ ਇਹ ਗੱਲਾਂ ਹੀ ਆ ਕੋਈ ਹੈਗਾ ਨਹੀਂਗਾ। ਪਰ ਜਦੋਂ ਉਹ ਕੰਮ ਜਿਹੜਾ ਨਹੀਂ ਹੋ ਸਕਦਾ ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਹੋ ਜਾਂਦਾ ਹੈ ਤੇ ਫਿਰ ਉਹਨੂੰ ਯਕੀਨ ਹੋ ਜਾਂਦਾ ਵੀ ਹੈਗਾ। ਤੇ ਹੁਣ ਫਿਰ ਅਸੀਂ ਜਿਹੜਾ ਕੀਚਾ ਬਣਾਇਆ ਉਹ ਇਹ ਹੈ ਵੀ ਫਿਰ ਹੁਣ ਉਹਨੂੰ ਜਿਹੜਾ ਜਿਹਨੂੰ ਪਤਾ ਲੱਗ ਗਿਆ ਮੌਜਜਾ ਚੰਬਾ ਕਰਾਮਾਤ ਦੇਖ ਕੇ ਕਿ ਪਰਮੇਸ਼ਰ ਹੈਗਾ ਹੁਣ ਇਹਨੂੰ ਅੱਗੇ ਲੈ ਕੇ ਚੱਲੀਏ ਇਸ ਲਈ ਅਸੀਂ ਫਿਰ ਚਰਚ ਦੇ ਵਿੱਚ ਜਿਹੜਾ ਨਾ ਜਿਹਨਾਂ ਦੇ ਉੱਤੇ ਪਰਮੇਸ਼ਰ ਦਾ ਨੂਰ ਚਮਕਿਆ ਆਇਆ ਉਹਨਾਂ ਨੂੰ ਅਸੀਂ ਜ਼ਿਆਦਾਤਰ ਨਹੀਂ ਕਹਿੰਦੇ ਕਿ ਤੁਹਾਡੇ ਵਿੱਚੋਂ ਕੋਈ ਬਿਮਾਰ ਆ ਤੇ ਆ ਕੇ ਅੱਗੇ ਦੁਆ ਕਰਾ ਲਓ ਤੁਹਾਡੇ ਵਿੱਚੋਂ ਕੋਈ ਦੁਖੀ ਆ ਤੇ ਆ ਕੇ ਅੱਗੇ ਦੁਆ ਕਰਾ ਲਓ ਉਦੀ وجہ ਇਹ ਹੈ ਵੀ ਅਸੀਂ ਚਾਹੁੰਦੇ ਆਂ ਵੀ ਉਹ ਜਿਨ੍ਹਾਂ ਦੇ ਉੱਤੇ ਉਹਦਾ ਨੂਰ ਚਮਕ ਗਿਆ ਆ ਹੁਣ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਲਈ ਪ੍ਰਾਰਥਨਾ ਕਰਨ ਵਾਸਤੇ ਨਾ ਲਾਈਏ ਬਲਕਿ ਨੰਬਰ 1 ਤੇ ਉਹਨਾਂ ਨੂੰ ਅੱਗੇ ਦੂਸਰਿਆਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਤਿਆਰ ਕਰੀਏ ਨੰਬਰ 2 ਉਹਨਾਂ ਨੂੰ ਪ੍ਰਾਰਥਨਾ ਉੱਤੇ ਲਾ ਕੇ ਤੇ ਇਸੇ ਕੰਮ ਵਾਲੇ ਪਾਸੇ ਨਾ ਲਾਈਏ ਬਲਕਿ ਉਹਨਾਂ ਨੂੰ ਹੁਣ ਅੱਗਿਓ ਬਿਮਾਰੀਆਂ ਦੇ ਨਾਲ ਮੁਸੀਬਤਾਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਲੜਨ ਵਾਲੇ ਯੋद्धा ਬਣਾਈਏ ਸੋ ਇਹ ਉਹ ਸਾਡੇ ਵਿੱਚ ਜਿਹੜੀ ਚੀਜ਼ ਨੂੰ ਲੈ ਕੇ ਅਸੀਂ ਚੱਲਦੇ ਆ ਇਹਨੂੰ ਕਈ ਲੋਕ ਫਿਰ ਕਹਿ ਦਿੰਦੇ ਵੀ ਨਹੀਂ ਜੋ ਤੇ ਚਗਾਈਆਂ ਦੇ ਖਿਲਾਫ ਆ ਉਹ ਤੇ ਕਰਮਾਤਾਂ ਦੇ ਖਿਲਾਫ ਆ ਉਹ ਤੇ ਮੌਜਾਂ ਦੇ ਖਿਲਾਫ ਆ ਜਦ ਕਿ ਵਚਨ ਦੇ ਚ ਲਿਖਿਆ ਵਿਪਵਿੱਤਰ ਆਤਮਾ ਜਦੋਂ ਆਉਂਦਾ ਆ ਤੋ ਵੱਖ-ਵੱਖ ਤਰ੍ਹਾਂ ਦੇ ਨਾਲ ਆਪਣੇ ਕੰਮ ਕਰਦਾ ਹੈ ਉਹ ਕਿਸੇ ਨੂੰ ਕਰਮਾਤਾਂ ਦੀ ਤੌਰ ਤੇ ਇਸਤੇਮਾਲ ਕਰਦਾ ਕਿਸੇ ਨੂੰ ਚਿੰਗਾਇਏ ਦੀ ਤੌਰ ਤੇ ਇਸਤੇਮਾਲ ਕਰਦਾ ਕਿਸੇ ਨੂੰ ਵਚਨ ਦੀ ਤੌਰ ਤੇ ਇਸਤੇਮਾਲ ਕਰਦਾ ਕਿਸੇ ਨੂੰ ਗੈਰ ਜ਼ਬਾਨ ਜਿਆਦਾ ਬੋਲਣ ਦੀ ਤੌਰ ਤੇ ਇਸਤੇਮਾਲ ਕਰਦਾ ਕਿਸੇ ਨੂੰ ਉਹਦਾ ਤਰਜਮਾ ਕਰਨ ਦੇ ਲਈ ਇਸਤੇਮਾਲ ਕਰਦਾ ਸੋ ਆਤਮਾ ਇੱਕੋ ਜਿਹਾ ਦਾਤਾ ਵੱਖਰੀਆਂ ਵੱਖਰੀਆਂ ਸੋ ਇਹ ਸਾਰਾ ਵਚਨ ਦਾ ਹਿੱਸਾ ਹੈ ਔਰ ਜੇ ਅਸੀਂ ਇਹਦੇ ਵਿੱਚ ਵਿਕਟਾਉਣੇ ਆ ਫਿਰ ਵੀ ਅਸੀਂ ਗੁਨੇਗਾਰ ਆ ਸੋ ਅਸੀਂ ਇਸ ਕਰਕੇ ਇਸ ਪੱਸੇ ਨਹੀਂ ਪਏ ਕਿ ਲੋਕਾਂ ਨੂੰ ਅੱਗੇ ਲੈ ਕੇ ਜਾਈਏ ਔਰ ਅਸੀਂ ਇਸ ਉਪਰਾਲੇ ਵਿੱਚ ਬਣੇ ਰਵਾਂਗੇ ਜਿਹਨੂੰ ਮਸੀਹ ਸਮਝ ਆ ਗਿਆ ਉਹਨੂੰ ਤੇ ਅਸੀਂ ਬਣਾਵਾਂਗੇ ਮਸੀਹੀ ਯੋਧਾ ਉਹਨੂੰ ਨਹੀਂ ਸੀ ਰੱਖ ਉਹ 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 ਉਹਨੂੰ ਹੁਣ ਇਸ ਚੀਜ਼ ਤੇ ਤੇ ਨਹੀਂ ਲਾ ਕੇ ਰੱਖਣਾ ਵੀ ਤੂੰ ਆਈ ਜਾ ਹਰ ਵਾਰੀ ਤੂੰ ਬਿਮਾਰ ਹੋਵੇਂ ਤੇ ਤੇਰੇ ਲਈ ਅਸੀਂ ਪ੍ਰਾਰਥਨਾ ਕਰਦੇ ਰਹੇ ਨਾ ਉਹਨੂੰ ਹੁਣ ਦੂਸਰਿਆਂ ਦੇ ਲਈ ਪ੍ਰਾਰਥਨਾ ਕਰਨ ਦੇ ਯੋਗ ਬਣਾਉਣਾ ਇੱਕ ਸੇਵਕ ਦਾ ਕੰਮ ਹੈ ਉਹਨੂੰ ਵਚਨ ਦੇ ਨਾਲ ਤਿਆਰ ਕਰਨਾ ਇੱਕ ਸੇਵਕ ਦਾ ਕੰਮ ਹੈ। ਉਹਨੂੰ ਇਸ ਤਰੀਕੇ ਦੇ ਨਾਲ ਤਿਆਰ ਕਰਨਾ ਕਿ ਉਹ ਅੱਗੇ ਵੀ ਲੋਕਾਂ ਨੂੰ ਵਚਨ ਸੁਣਾ ਸਕੇ ਇਹ ਇੱਕ ਸੇਵਕ ਦੀ ਜ਼ਿੰਮੇਵਾਰੀ ਹੈ। ਉਹਨੂੰ ਨਵੇਂ ਜਨਮ ਦੀ ਪੂਰੀ ਪਰਿਭਾਸ਼ਾ ਸਮਝਾਉਣਾ ਇਹ ਇੱਕ ਸੇਵਕ ਦੀ ਜ਼ਿੰਮੇਵਾਰੀ ਹੈ। ਔਰ ਉਹ ਜਦੋਂ ਨਵੇਂ ਜਨਮ ਨੂੰ ਸਮਝੇ ਤੇ ਫਿਰ ਲੋਕਾਂ ਦੇ ਵਿੱਚ ਉਸ ਨਵੇਂ ਜਨਮ ਨੂੰ ਸਮਝਾ ਸਕੇ ਇਹ ਇੱਕ ਸੇਵਕ ਦੀ ਜ਼ਿੰਮੇਵਾਰੀ ਹੈ। ਸੋ ਇਸ ਲਈ ਅਸੀਂ ਚਰਚ ਦੇ ਵਿੱਚ ਇਸ ਚੀਜ਼ ਦੇ ਉੱਤੇ ਥੋੜਾ ਰੋਕ ਲਾ ਕੇ ਰੱਖੀ ਕਿ ਨਹੀਂ ਅਸੀਂ ਜਿਹੜਾ ਆ ਗਿਆ ਮਸਜਿਦ ਦੇ ਵਿੱਚ ਉਹਨੂੰ ਅਸੀਂ ਇੱਕ ਸਟੈਪ ਅੱਗੇ ਲੈ ਕੇ ਚੱਲਾਂਗੇ ਲੇਕਿਨ ਅਗਰ ਕੋਈ ਨਵਾਂ ਆਂਦਾ ਆਇਆ ਅਗਰ ਕੋਈ ਨਵਾਂ ਆ ਕੇ ਕਹਿੰਦਾ ਕਿ ਮੇਰੇ ਲਈ ਪ੍ਰਾਰਥਨਾ ਕਰੋ ਤਾਂ ਅਸੀਂ ਉਹਨੂੰ ਇਹ ਕਹਿ ਦੇ ਵੀ ਨਹੀਂ ਭਾਈ ਸਾਡੇ ਇੱਥੇ ਪ੍ਰਾਰਥਨਾ ਹੁੰਦੀ ਨਹੀਂ ਹੈ ਤੇ ਇਹਦਾ ਸਿੱਧਾ ਸਿੱਧਾ ਮਤਲਬ ਕੀ ਹੋਇਆ ਅਸੀਂ ਵਚਨ ਨੂੰ ਤੋੜਦੇ ਹਾਂ ਜੇਸੀ ਕਹਿ ਦੇ ਨਹੀਂ ਜੀ ਸਾਡੇ ਇੱਥੇ ਦੁਆ ਵਾਲਾ ਕੰਮ ਨਹੀਂ ਇੱਟ ਮੇਂਜਾਸੀ ਵਚਨ ਨੂੰ ਘਟਾ ਰਹੇ ਆ ਕਿਉਂਕਿ ਵਚਨ ਤੇ ਕਹਿੰਦਾ ਵੀ ਜਾਓ ਬਿਮਾਰਾਂ ਲਈ ਪ੍ਰਾਰਥਨਾ ਕਰੋ ਰੋਗੀਆਂ ਨੂੰ ਚੰਗੇ ਕਰੋ ਮੁਰਦਿਆਂ ਨੂੰ ਜਵਾ ਲਓ ਭੂਤਾਂ ਨੂੰ ਕੱਢੋ ਵਚਨ ਤੇ ਕਹਿੰਦਾ ਸੋ ਅਸੀਂ ਉਹਨੂੰ ਵਿੱਚੋਂ ਕੱਢ ਨਹੀਂ ਸਕਦੇ ਲੇਕਿਨ ਸਾਡੀ ਕੋਸ਼ਿਸ਼ ਕੀ ਰਹਿੰਦੀ ਹੈ ਵਚਨ ਨੂੰ ਅੱਗੇ ਰੱਖੀਏ ਔਰ ਇਹ ਵਚਨ ਹੀ ਲੋਕਾਂ ਦੇ ਵਿੱਚ ਮੌਜਜੇ ਅਚੰਬੇ ਕਰਾ ਮਾਤਾ ਕਰੇ ਜਦੋਂ ਚਾਵੇ ਜਦੋਂ ਉਹਦੀ ਇੱਛਾ ਹੋਵੇ ਉਦੋਂ ਲੋਕਾਂ ਨੂੰ ਚੰਗਾ ਕਰੇ ਸੋ ਆਗੀ ਗੱਲ ਚੰਗਿਆਈਆਂ ਦੀ ਤੇ ਐਸੀ ਕੋਈ ਗੱਲ ਨਹੀਂ ਐ ਕਿ ਜਿੱਥੇ ਅਸੀਂ ਸੇਵਾ ਕਰਦੇ ਆ ਉੱਥੇ ਚੰਗਿਆਈਆਂ ਨਹੀਂ ਹੁੰਦੀ ਅੱਜ ਵੀ ਲੋਕ ਚੰਗੇ ਹੁੰਦੇ ਆ ਅੱਜ ਵੀ ਸਾਡੇ ਕੋਲ ਬਹੁਤ ਸਾਰੇ ਲੋਕਾਂ ਦੀਆਂ ਗਵਾਹੀਆਂ ਆ ਜਿਹੜੇ ਵਚਨ ਨੂੰ ਸੁਣ ਸੁਣ ਕੇ ਚੰਗੇ ਹੋ ਗਏ ਪ੍ਰਾਰਥਨਾ ਨੇ ਕੀਤੀ ਉਹਨਾਂ ਲਈ ਵਚਨ ਨੂੰ ਸੁਣਦੇ ਸੁਣਦੇ ਚੰਗੇ ਅੱਜ ਦੀ ਡੇਟ ਤੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਆ ਨਾ ਅੱਜ ਵੀ ਇਸ ਵਚਨ ਨੂੰ ਸੁਣ ਕੇ ਵੀ ਕਈ ਲੋਕਾਂ ਨੂੰ ਪ੍ਰਭੂ ਸ਼ਿਫਾ ਦੇਵੇਗਾ ਕਈ ਲੋਕਾਂ ਨੂੰ ਪ੍ਰਭੂ ਬਾਲ ਦੇਵੇਗਾ ਸੋ ਬੱਚੇ ਸੋਨਦੇ ਹੁੰਦੇ ਲੋਕ ਚੰਗੇ ਹੁੰਦੇ ਆ ਔਰ ਫਿਰ ਲੋਕ ਸਾਨੂੰ ਕਰਦੇ ਆ ਫੋਨ ਕਰਦੇ ਆ ਮੈਸੇਜ ਕਰਦੇ ਆ ਤਾਂ ਸਬੂਤ ਦੀ ਤੌਰ ਤੇ ਸਾਡੇ ਕੋਲ ਸਭ ਕੁਝ ਪਿਆ ਹੁੰਦਾ ਪਿਛੇ ਆ ਪਿਛਲੇ ਹਫਤੇ ਇੱਕ ਭਾਈ ਗਏ ਸੀ ਹਸਪੀਟਲ ਕਾਫੀ ਨਾਜ਼ੁਕ ਹਾਲਤ ਦੇ ਵਿੱਚ ਸੀ ਕਿ ਪਾਕਿਸਤਾਨ ਤੋਂ ਇੱਥੇ ਰਹਿੰਦੇ ਆ ਉਹ ਗਏ ਉਹਨਾਂ ਨੇ ਪ੍ਰਾਰਥਨਾ ਕਰਵਾਈ ਔਰ ਕਾਫੀ ਉਹਨਾਂ ਦੀ ਸੀਰੀਸ ਹਾਲਤ ਸੀਗੀ ਔਰ ਕੋਸ਼ਿਸ਼ਾਂ ਤੋਂ ਬਾਅਦ ਪ੍ਰਭੂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਤੰਦਰੁਸਤ ਕੀਤਾ ਔਰ ਉਸੇ ਸੇਮ ਡੇ ਫਿਰ ਹਸਪੀਟਲ ਤੋਂ ਆ ਗਏ ਔਰ ਉਹਨੇ ਆ ਕੇ ਮੈਸੇਜ ਭਰ ਕੇ ਦੱਸਿਆ ਵੀ ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਬੜਾ ਸੀਰੀਅਸ ਸੀਗਾ ਤੇ ਉਹਨੇ ਰਹਿਮ ਕੀਤਾ ਸੋ ਅਸੀਂ ਚਾਹੀਏ ਤੇ ਉਸ ਬੰਦੇ ਨੂੰ ਲਿਆ ਕੇ ਪੁਲਪੜ ਤੇ ਖੜਾ ਕਰਕੇ ਗਵਾਹੀ ਵੀ ਕਰਾ ਸਕਦੇ ਹਾਂ ਔਰ ਜੇ ਅਸੀਂ ਐਸਾ ਕਰੀਏ ਵੀ ਤਾਂ ਕੋਈ ਗੁਨਾਹ ਨਹੀਂ ਜੇਸੀਂ ਐਸਾ ਕਰ ਵੀ ਲਈਏ ਤੇ ਕੋਈ ਗੁਨਾਹ ਨਹੀਂ ਵਚਨ ਦੱਸਦਾ ਹੈ ਕਿਉਂਕਿ ਗਵਾਹੀਆਂ ਦੇ ਨਾਲ ਲੋਕਾਂ ਦਾ ਈਮਾਨ ਜਿਹੜਾ ਹੈ ਉਹ ਮਜ਼ਬੂਤ ਹੁੰਦਾ ਹੈ ਸੋ ਮੈਂ ਫਿਰ ਦੱਸਣਾ ਚਾਹਾਂਗਾ ਜੋ ਸੇਵਕਾਈ ਪ੍ਰਭੂ ਨੇ ਸਾਨੂੰ ਬਖਸ਼ੀ ਆ ਉਹਦੇ ਵਿੱਚ ਅਸੀਂ ਨਾਤੇ ਕੁਝ ਘਟਾਉਨੇ ਆ ਤੇ ਨਾ ਹੀ ਕੁਝ ਵਧਾਉਨੇ ਆ ਬਲਕਿ ਸੰਤ ਪਲੂਸ ਜਿਵੇਂ ਦੱਸਦਾ ਆ ਅਸੀਂ ਵਚਨ ਦਾ ਪੂਰਾ ਪੂਰਾ ਪ੍ਰਚਾਰ ਕਰਦੇ ਆ ਇੱਕ ਵਿਸ਼ਵਾਸੀ ਨੂੰ ਇੱਕ ਇਮਾਨਦਾਰ ਨੂੰ ਵਿਸ਼ਵਾਸ ਦੀ ਸੂਰਤ ਤੋਂ ਅੱਗੇ ਲਿਜਾ ਕੇ ਉਹਨੂੰ ਯਿਸੂ ਮਸੀਹ ਦਾ ਸ਼ਾਗਿਰਦ ਬਣਾਉਨੇ ਆ ਔਰ ਜਦੋਂ ਉਹ ਸ਼ਾਗਿਰਦ ਬਣ ਜਾਂਦਾ ਆ ਫਿਰ ਉਹ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੋ ਜਾਂਦਾ ਸੋ ਇਹ ਜ਼ਿੰਮੇਵਾਰੀ ਹੈ ਤਾਂ ਉਸ ਜ਼ਿੰਮੇਵਾਰੀ ਤੋਂ ਸਿਭਜ ਨਹੀਂ ਸਕਦੇ ਔਰ ਅਸੀਂ ਸਿਖਾਉਣੇ ਆਂ ਬੰਦੇ ਨੂੰ ਕਿ ਭਾਈ ਸਾਡੇ ਕਾਰਨ ਪਰਮੇਸ਼ਵਰ ਦੇ ਨਾਮ ਦੀ ਨਿੰਦਾ ਨਾ ਹੋਵੇ ਸੋ ਇਨਾ ਹੀ ਵਰਸਾਂ ਨੂੰ ਲੈ ਕੇ ਲੋਕ ਤੋੜ ਮੋੜ ਕੇ ਫਿਰ ਕਈ ਹੋਰ ਤਰੀਕੇ ਨਾਲ ਪੇਸ਼ ਕਰਨ ਲੱਪੈਂਦੇ ਆ ਵੀ ਤੁਹਾਡੇ ਤੇ ਆਪਣੇ ਕਾਰਨ ਪਿਛਲੇ ਦਿਨਾਂ ਵਿੱਚ ਪਰਮੇਸ਼ਵਰ ਦੇ ਨਾਮ ਦੀ ਨਿੰਦਾ ਹੋਵੇ ਸੋ ਜਦੋਂ ਤੁਸੀਂ वचन ਨੂੰ वचन ਦੀ ਤਰ੍ਹਾਂ ਸੁਣਾਉਂਦੇ ਹੋ ਤੇ ਲੋਕਾਂ ਨੂੰ ਸਮਝਾਉਂਦੇ ਹੋ ਤੇ ਪਰਮੇਸ਼ਵਰ ਦੀ ਗੈਰਤ ਨੂੰ ਦਿਖਾਉਂਦੇ ਹੋ ਕਿਸੇ ਐਸੇ ਮਨੁੱਖ ਨੂੰ ਜਿਹੜਾ ਮਸੀਹ ਵਿੱਚ ਆ ਕੇ ਭੇਡ ਦੇ ਰੂਪ ਦੇ ਵਿੱਚ ਭੇੜਿਆ ਹੋਵੇ ਤੇ ਜੇ ਤੁਸੀਂ ਉਹਦਾ ਚਿਹਰਾ ਕਲਿਸੀਆ ਦੇ ਸਾਹਮਣੇ ਤੇ ਗੈਰਕੋਮਾਂ ਦੇ ਸਾਹਮਣੇ ਲਿਆਉਂਦੇ ਹੋ ਤੇ ਉਹਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਨਿੰਦਾ ਦਾ ਕੋਈ ਮਤਲਬ ਨਹੀਂਗਾ ਬਲਕਿ ਗੈਰਕੋਮਾਂ ਵੀ ਤੁਹਾਨੂੰ ਸਰਾਉਂਦੀਆਂ ਨੇ ਕਿ ਇਹਨਾਂ ਦੇ ਵਿੱਚ ਐਸੇ ਲੋਕ ਹੈਗੇ ਆ ਜਿਹੜੇ ਪਖੰਡਵਾਦ ਦਾ ਵਿਰੋਧ ਕਰਦੇ ਆ ਜਿਹੜੇ ਗਲਤ ਗੱਲਾਂ ਦਾ ਵਿਰੋਧ ਕਰਦੇ ਆ ਔਰ ਇਹਨਾਂ ਵਿੱਚ ਹੈਗੇ ਆ ਜਿਹੜੇ ਐਸੇ ਲੋਕਾਂ ਨੂੰ ਲੋਕਾਂ ਦੇ ਵਿੱਚ ਨੰਗਿਆਂ ਕਰਦੇ ਆ ਔਰ ਬਚਨ ਦੱਸਦਾ ਇਹੋ ਜੇ ਮਨੁੱਖ ਨੂੰ ਸਾਰਿਆਂ ਦੇ ਸਾਹਮਣੇ ਡਾਂਡ ਦੇ ਤਾਂ ਕਿ ਕਿਸੇ ਦੂਸਰੇ ਦਾ ਹਾਇ ਨਾ ਪੈ ਸਕੇ ਦੂਸਰੇ ਦੀ ਹਿੰਮਤ ਨਾ ਪੈ ਸਕੇ ਸੋ ਇਹ ਵੀ ਬਲ ਪਰਮੇਸ਼ਰ ਕਿਸੇ ਕਿਸੇ ਨੂੰ ਦਿੰਦਾ ਨਹੀਂ ਤੇ ਬਹੁਤੇ ਤੇ ਮੂਹ ਲਿਆਜਿਆਂ ਦੇ ਲਈ ਇੱਕ ਦੂਜੇ ਨੂੰ ਖੁਸ਼ ਕਰਨ ਦੇ ਲਈ ਉਹ ਕਹਿੰਦੇ ਚਲੋ ਛੱਡੋ ਐਵੇਂ ਸਾਡੀ ਉਹਦੇ ਨਾਲ ਬੋਲ ਚਾ ਚੰਗੀ ਆ ਤੇ ਐਵੇਂ ਕੁਝ ਬੋਲਾਂਗੇ ਤੇ ਐਵੇਂ ਉਤੋਂ ਵੀ ਜਾਂਦੇ ਰਵਾਂਗੇ ਤੇ ਇਹ ਸਰ ਕੇ ਖਮੋਸ਼ ਰੋ ਤੇ ਜਿਹੜਾ ਖਮੋਸ਼ ਰਿੰਦਾ ਇਹਨੂੰ ਵੀ ਸਜ਼ਾ ਆ ਗਲਤੀ ਸਾਡਾ ਆਪਣਾ ਬੇਸ਼ੱਕ ਭਰਾ ਵੀ ਕਿਉਂ ਨਾ ਕਰੇ ਜੇ ਉਹ ਗਲਤੀ ਹੈ ਤੇ ਉਹਨੂੰ ਦੱਸਣਾ ਸਾਡਾ ਫਰਜ਼ ਆ ਔਰ ਉਹਨੂੰ ਦੱਸਣਾ ਪੈਣਾ ਆ ਜੇ ਅਸੀਂ ਮੰਨਦੇ ਆ ਕਿ ਪਰਮੇਸ਼ਵਰ ਦਾ ਆਤਮਾ ਸਾਡੇ ਅੰਦਰ ਆ ਪਰਮੇਸ਼ਰ ਦਾ ਆਤਮਾ ਦਾ ਸਾਡੇ ਅੰਦਰ ਹੋਣ ਦਾ ਮਤਲਬ ਹੈ ਪਰਮੇਸ਼ਰ ਸਾਡੇ ਅੰਦਰ ਹੈ ਜਦੋਂ ਪਰਮੇਸ਼ਰ ਸਾਡੇ ਅੰਦਰ ਹੈ ਤੇ ਪਰਮੇਸ਼ਰ ਦਾ ਇਹ ਕਾਇਦੇ ਕਾਨੂੰਨ ਸਾਡੇ ਅੰਦਰ ਹੈ ਜਦੋਂ ਪਰਮੇਸ਼ਰ ਸਾਡੇ ਅੰਦਰ ਹੈ ਤੇ ਪਰਮੇਸ਼ਰ ਜਈ ਗੈਰਤ ਵੀ ਸਾਡੇ ਅੰਦਰ ਹੈ ਲਿਖਿਆ ਤੁਹਾਡਾ ਉਹ ਸੁਭਾਅ ਹੋਵੇ ਜਿਹੜਾ ਮਸੀ ਯਸੂਦਸ ਹੁਣ ਯਸਮਸੀ ਦਾ ਜਿਹੜਾ ਸੁਭਾਅ ਹੈ ਉਹ ਲਿਖਿਆ ਤੁਹਾਡਾ ਹੋਵੇ ਤੇ ਯਸਮਸੀ ਦਾ ਸੁਭਾਅ ਕਿਹੋ ਜਿਹਾ ਸੀਗਾ ਜੈਸਾ ਉਹਦੇ ਪਿਤਾ ਦਾ ਸੁਭਾਅ ਸੀ ਯਾਨੀ ਕਿ ਪਰਮੇਸ਼ਰ ਦਾ ਸੁਭਾਅ ਸੀ ਸੋ ਸਾਡਾ ਹੁਣ ਸੁਭਾਅ ਕਿਹੜਾ ਹੋਣਾ ਚਾਹੀਦਾ ਹੈ ਜੈਸਾ ਸੁਭਾਅ ਪਰਮੇਸ਼ਰ ਦਾ ਸੀ ਸੋ ਪਰਮੇਸ਼ਰ ਦਾ ਸੁਭਾਅ ਕਹਿੰਦਾ ਪ੍ਰੇਮ ਕਰਨਾ ਹੀ ਨਿਕਾ ਵੀ ਪ੍ਰੇਮ ਦੀ ਡੌਂਡੀ ਪਿੱਟੀ ਜਾਓ ਪਰਮੇਸ਼ਰ ਦਾ ਸੁਭਾਅ ਸਾਰਾ ਇਹ ਦੱਸਣਾ ਹੈ ਪਰਮੇਸ਼ਰ ਦਾ ਸੁਭਾਅ ਜਦੋਂ ਦੱਸਣਾ ਹੈ ਉਹਦਾ ਦੱਸਣਾ ਉਹ ਭਸਮ ਕਰਨ ਵਾਲੀ ਆਗਿਆ ਜੀ ਮੈਂ ਕੱਲਾ ਇਹ ਦੱਸਿਆ ਪਰਮੇਸ਼ਰ ਦਾ ਸੁਭਾਅ ਤੇ ਪ੍ਰੇਮ ਹੈ ਪਰਮੇਸ਼ਰ ਦਾ ਸੁਭਾਅ ਤੇ ਪ੍ਰੇਮ ਕਰਨਾ ਪਰਮੇਸ਼ਰ ਦਾ ਸੁਭਾਅ ਤੇ ਪ੍ਰੇਮ ਕਰਨਾ ਹੈ ਇਟ ਮੀਨਸ ਮੈਂ ਵਚਨ ਦੇ ਨਾਲ ਖੇਡ ਰਿਹਾ ਹਾਂ ਵਚਨ ਨੂੰ ਘਟਾ ਰਿਹਾ ਹਾਂ ਜਦੋਂ ਮੈਂ ਪਰਮੇਸ਼ਰ ਦਾ ਸੁਭਾਅ ਦੱਸਣਾ ਜਦੋਂ ਮੈਂ ਕਲੀਸਿਆਂ ਨੂੰ ਇਹ ਦੱਸਣਾ ਤੁਹਾਡਾ ਉਹ ਸੁਭਾਅ ਹੋਵੇ ਜਿਹੜਾ ਪਰਮੇਸ਼ਰ ਦਾ ਸੀ ਤੇ ਉੱਥੇ ਫਿਰ ਮੇਰੀ ਜ਼ਿੰਮੇਵਾਰੀ ਹੈ ਮੈਂ ਜਿੱਥੇ ਪਰਮੇਸ਼ਰ ਦੇ ਪ੍ਰੇਮ ਨੂੰ ਪ੍ਰਚਾਰ ਕਰਨਾ ਉੱਥੇ ਮੈਂ ਦੱਸਣਾ ਹੈ ਉਹ ਭਸਮ ਕਰਨ ਵਾਲੀ ਅੱਗ ਹੈ ਉਹ ਉਹ ਪ੍ਰਚੰਡ ਆਗਿਆ ਜਿਹਦੇ ਨਾਲ ਖੇਲਣ ਵਾਲਾ ਭਸਮ ਹੋ ਜਾਊਗਾ ਜਦ ਮੈਂ ਉਹਦੇ ਸੁਭਾਅ ਨੂੰ ਪੇਸ਼ ਕਰਨਾ ਹੈ ਜਦ ਮੈਂ ਇਹ ਦੂਸਰੇ ਕਹਿਣਾ ਕਿ ਤੁਹਾਡਾ ਉਹ ਸੁਭਾਅ ਹੋਵੇ ਜਿਹੜਾ ਪਰਮੇਸ਼ਰ ਦਾ ਸੀ ਤੇ ਪਰਮੇਸ਼ਰ ਆਤਮਾ ਦੇ ਰੂਪ ਦੇ ਵਿੱਚ ਮੇਰੇ ਅੰਦਰ ਆ ਹੁਣ ਤੇ ਇਟ ਮੀਨ ਕੀ ਹੈ ਮੇਰਾ ਸੁਭਾਅ ਫਿਰ ਉਹੀ ਹੈ ਜਿਹਾ ਮੇਰੇ ਪਿਤਾ ਦਾ ਸੁਭਾਅ ਆ ਵੈਸਾ ਹੀ ਮੇਰਾ ਸੁਭਾਅ ਹੈ ਤੇ ਜਿਸਮ ਸੀ ਕਿੰਦਾ ਮੈਂ ਜਿਵੇਂ ਆਪਣੇ ਪਿਤਾ ਨੂੰ ਕੰਮ ਕਰਦਿਆਂ ਵੇਖਦਾ ਆ ਮੈਂ ਉਸੇ ਤਰ੍ਹਾਂ ਹੀ ਕਰਦਾ ਸੁਪਿਤਾ ਪਰਮੇਸ਼ਰ ਦੇ ਵਿੱਚ ਜਲਨ ਆ ਉਹ ਪਾਪ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਜਦੋਂ ਉਹ ਆਤਮਾ ਦੇ ਰੂਪ ਦੇ ਵਿੱਚ ਮੇਰੇ ਅੰਦਰ ਆ ਤੇ ਫਿਰ ਉਹੋ ਹੀ ਜਲਨ ਅਗਰ ਮੇਰੇ ਅੰਦਰ ਆ ਤੇ ਫਿਰ ਪਰਮੇਸ਼ਰ ਦਾ ਸੁਭਾਅ ਮੇਰੇ ਅੰਦਰ ਆ ਕੋੜਾ ਚੁੱਕਣ ਵਾਲਾ ਯਸ ਮਸੀਹ ਦਾ ਸੁਭਾਅ ਅਗਰ ਮੇਰੇ ਅੰਦਰ ਹੈ ਤੇ ਫਿਰ ਮੇਰਾ ਉਹ ਸੁਭਾਅ ਹੋਣਾ ਬਣਦਾ ਹੈ ਕੋੜੇ ਮਾਰ ਮਾਰ ਕੇ ਗਲਤ ਕੰਮ ਕਰਨ ਵਾਲਿਆਂ ਨੂੰ ਭਜਾਉਣ ਵਾਲੇ ਯਸ ਮਸੀਹ ਅਗਰ ਉਹ ਪਾਕਰੂ ਦੇ ਰੂਪ ਦੇ ਵਿੱਚ ਮੇਰੇ ਅੰਦਰ ਹੈ ਤੇ ਫਿਰ ਮੇਰੇ ਅੰਦਰ ਉਹ ਹੀ ਸੁਭਾਅ ਤੇ ਜਿਹਦੇ ਅੰਦਰ ਇਹ ਹੈ ਨੀਗਾ ਉਹ ਸਮਝ ਲਓ ਫਿਰ ਉਹਨੂੰ ਪਵਿੱਤਰ ਆਤਮਾ ਮਿਲੇ ਹੀ ਨਹੀਂਗਾ ਮੈਂ ਪਿਛੇ ਇੱਕ ਮੈਸੇਜ ਦਿੱਤਾ ਸੀ ਕਾਫੀ ਮੇਰੇ ਘਾਟ 10 ਪਾਰਟ ਉਹਦੇ ਹੈਗੇ ਆ YouTube ਦੇ ਉੱਤੇ ਕਿ ਪਾਕਰੂ ਦਾ ਮਿਲਣਾ ਸਿਰਫ ਇਹ ਨਿਸ਼ਾਨੀ ਨਹੀਂ ਹੈ ਕਿ ਤੁਸੀਂ ਅੰਨੇ ਭਾਸ਼ਾ ਬੋਲਦੇ ਹੋ ਤੇ ਤੁਸੀਂ ਕਹਿ ਦੋ ਕਿ ਮੈਨੂੰ ਪਾਕਰੂ ਮਿਲਿਆ ਹੈ ਪਾਕਰੂ ਜਦੋਂ ਮਿਲਿਆ ਆ ਤੇ ਉਹਦੇ ਨਾਲ ਪਰਮੇਸ਼ਵਰ ਪੂਰੇ ਦਾ ਪੂਰਾ ਹੀ ਤੁਹਾਨੂੰ ਮਿਲਿਆ ਆ ਸਰਵਸ਼ਕਤੀਮਾਨ ਪਰਮੇਸ਼ਵਰ ਨੇ ਤੁਹਾਡੇ ਇਸ ਬदन ਨੂੰ ਆਪਣਾ ਘਰ ਬਣਾਇਆ ਆ ਆਪਣੇ ਲਈ ਇਸਤੇਮਾਲ ਕਰਨ ਦੇ ਵਾਸਤੇ ਤੇ ਹੁਣ ਜਦੋਂ ਉਹਨੇ ਸਾਨੂੰ ਆਪਣੇ ਲਈ ਇਸਤੇਮਾਲ ਕਰਨ ਵਾਸਤੇ ਸਾਨੂੰ ਆਪਣਾ ਘਰ ਆਪਣਾ ਮੰਦਰ ਬਣਾਇਆ ਆ ਤੇ ਇਸ ਮੰਦਰ ਦੇ ਵਿੱਚ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਆਪ ਵਿਰਾਜਮਾਨ ਆ ਤੇ ਫਿਰ ਉਹਦੇ ਕੰਨੇ ਪ੍ਰੇਮ ਦੇ ਸੁਭਾਨ ਨੂੰ ਪੇਸ਼ ਕਰਕੇ ਕੰਮ ਬਣਨ ਵਾਲਾ ਨਹੀਂ ਤੇ ਫਿਰ ਇਹ ਤੇ ਇੱਕ ਹੋਰ ਵੀ ਪ੍ਰੋਬਲਮ ਆ ਜਾਂਦੀ ਆ ਅਸੀਂ ਪ੍ਰੇਮ ਦਾ ਟੰਡੋਰਾ ਪਿੱਟ ਦੇ ਬੜਾ ਆ ਪਰ ਫਿਰ ਜਿਹਾ ਪ੍ਰੇਮ ਉਹਦੇ ਵਿੱਚ ਸੀ ਉਹ ਦਿਖਾਇਆ ਵੀ ਨਹੀਂ ਜਾਂਦਾ ਤੇ ਪ੍ਰੇਮ ਗੱਲੀ ਜਵਾਨੀ ਨਹੀਂ ਹੁੰਦਾ ਪ੍ਰੇਮ ਦੇ ਵੀ ਬੜੇ ਰੂਪ ਆ ਔਰ ਉਹ ਕੰਮਾਂ ਤੋਂ ਜਾਣਿਆ ਜਾਂਦਾ ਸਿਰਫ ਪ੍ਰੇਮ 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 ਕਹਿਣ ਦੇ ਨਾਲ ਨਹੀਂ ਸੋ ਇਸ ਲਈ ਜਦੋਂ ਪਰਮੇਸ਼ਰ ਸਾਡੇ ਅੰਦਰ ਹੈ ਪਰਮੇਸ਼ਰ ਸਾਡੇ ਵਿੱਚ ਵੱਸਦਾ ਹੈ ਪਰਮੇਸ਼ਰ ਸਾਡੇ ਨਾਲ ਰਹਿੰਦਾ ਹੈ ਤੇ ਫਿਰ ਸਾਡੀ ਪਹਿਲੀ ਕੋਸ਼ਿਸ਼ ਕੀ ਹੋਣੀ ਚਾਹੀਦੀ ਹੈ ਸਾਡੇ ਕਾਰਨ ਗੈਰ ਲੋਕਾਂ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਨਿੰਦਾ ਨਹੀਂ ਹੋਣੀ ਚਾਹੀਦੀ ਔਰ ਅੱਜ ਜਿਹਨਾਂ ਦੀ ਵਜ੍ਹਾ ਕਰਕੇ ਨਿੰਦਾ ਹੋਈ ਹੈ ਏ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਜੋ ਸਟੈਪ ਅਸੀਂ ਚੱਕਿਆ ਸੀ ਨਾ ਅਗਰ ਨਾ ਚੁੱਕਦੇ ਤੇ ਫਿਰ ਜਦੋਂ ਕੱਲ ਨੂੰ ਰਿਪੋਰਟਾਂ ਤਿਆਰ ਹੋਣੀਆਂ ਸੀ ਤੇ মিডিਆ ਨੇ ਦੁਨੀਆ ਦੇ ਅੱਗੇ ਲਿਆਉਣੀਆਂ ਸੀ ਤੇ ਫਿਰ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਸੀ ਰਣਾ ਉਹ ਰਿਪੋਰਟਾਂ ਬੜੀ ਜਲਦੀ ਸਾਹਮਣੇ ਆਉਣ ਵਾਲੀਆਂ ਬੜੀ ਜਲਦੀ ਇਹ ਡੇ ਆੜੀਆਂ ਪਿਛਵਾਣੀਆਂ ਕਰਨ ਵਾਲਾ ਬੰਦਾ ਉਹ ਸਥਿਤੀ ਤੇ ਜਿਹੜੀ ਔਰਤ ਆਈ ਹੈ ਜਿਹਦੇ ਵਸੀਲੇ ਨਾਲ ਦੱਸਣ ਦਿਆ ਸੀਗਾ ਵੀ ਇੰਨੇ ਸਾਰਿਆਂ ਨੂੰ ਇੱਥੇ ਆਉਣ ਦੇ ਲਈ ਤਿਆਰ ਕੀਤਾ ਜਿੰਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਮਤਾਬ ਬਚਨ ਬਿਮਾਰ ਹੋਣ ਵਾਲਾ ਹੈ ਸਲਵਾਨ ਖਾਨ ਬਾਹਰ ਹੋਣ ਵਾਲਾ ਹੈ ਉਹਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਜਿਸ ਔਰਤ ਨੇ ਜਿਹਦੇ ਬਾਰੇ ਵਿਚਾਰ ਇਹਨਾਂ ਦੱਸਣ ਦਿਆ ਤੇ ਜਿਨੇ ਉਹਨਾਂ ਇੰਨੇ ਹੀਰੋਆਂ ਨੂੰ ਉੱਥੇ ਲਿਆਉਣ ਦੇ ਲਈ ਮਿਹਨਤ ਕੀਤੀ ਹੈ ਉਹਦੀ ਜ਼ਮਾਨਤ ਰੱਦ ਹੋਣ ਵਾਲੀ ਹੈ ਉਹਨੂੰ ਨਹੀਂ ਦੱਸ ਸਕਿਆ ਉਹਨੇ ਆਤਮਾ ਨੇ ਦੱਸਿਆ ਵੀ ਇਹਦੀ ਜ਼ਮਾਨਤ ਜਿਹੜੀ ਹੈ ਉਹ ਰੱਦ ਹੋ ਜਾਣੀ ਹੈ ਸਪੈਰੇ ਜੀ ਜੋ ਜਿੰਨੀ ਦੇਰ ਤੱਕ ਅਸੀਂ ਝੂਠੀ ਸਿੱਖਿਆ ਨੂੰ ਨੀਂਨਾ ਪਹਿਚਾਣਦੇ ਹਾਂ ਉਹਨੀ ਦੇਰ ਤੱਕ ਇਸ ਨਿੰਦਿਆ ਨੂੰ ਅਸੀਂ ਰੋਕ ਨਹੀਂ ਸਕਦੇ ਇਹ ਨਿੰਦਿਆ ਫਿਰ ਇਸੇ ਤਰ੍ਹਾਂ ਹੀ ਹੁੰਦੀ ਰਹੇਗੀ ਤੇ ਜੇ ਅਸੀਂ ਇਹਨੂੰ ਰੋਕਣਾ ਹੈ ਤੇ ਫਿਰ ਸਾਨੂੰ ਇਹਦੇ ਉੱਤੇ ਕੰਮ ਕਰਨਾ ਪੈਣਾ ਹੈ ਸੱਚ ਨੂੰ ਸੱਚ ਝੂਠ ਨੂੰ ਝੂਠ ਪਰਮੇਸ਼ਰ ਪਾਪ ਦੇ ਨਾਲ ਕਦੇ ਖੜਾ ਨਹੀਂ ਹੁੰਦਾ ਤੇ ਸੱਚ ਤੋਂ ਕਦੇ ਪੈਰ ਪਿੱਛੇ ਨਹੀਂ ਖਿੱਚਦਾ ਤੇ ਸਾਡਾ ਫਿਰ ਉਹੋ ਹੀ ਸੁਭਾਅ ਹੋਣਾ ਚਾਹੀਦਾ ਜਿਹੜਾ ਸਾਡੇ ਪਰਮੇਸ਼ਰ ਦਾ ਹੈ ਦੂਸਰਾ ਗ੍ਰੰਥਿਓ ਚਾਰ ਦੇ ਉਹਦੀ ਇੱਕ ਆਇਤ ਤੋਂ ਮੈਂ ਚੰ ਆਇਤਾ ਤੁਹਾਡੇ ਅੱਗੇ ਪੜਾਂਗਾ ਤਾਂ ਕਿ ਅਸੀਂ ਇਹਨੂੰ ਹੋਰ ਸਮਝ ਸਕੀਏ ਇਸ ਲਈ ਜਦ ਹਮ ਪਰ ਐਸੀ ਦਇਆ ਹੋਈ ਇਸ ਲਈ ਕਿ ਸਾਡੇ ਤੇ ਜਦੋਂ ਇਹੋ ਜਿਹੀ ਦਇਆ ਹੋਏ ਕਿ ਹਮੇਂ ਇਹ ਸੇਵਾ ਮਿਲੀ ਤਾਂ ਹਮ ਹੌਸਲਾ ਨਹੀਂ ਛੋੜਦੇ ਹੁਣ ਜਦੋਂ ਸਾਨੂੰ ਇਹ ਸੇਵਾ ਮਿਲੀ ਹੈ ਨਾ ਸੰਤ ਫਰੂਸ ਕਿੰਦਾ ਤੇ ਫਿਰ ਅਸੀਂ ਹੌਸਲਾ ਹੌਸਲਾ ਨਹੀਂ ਛੱਡਦੇ ਪਰ ਹੌਸਲਾ ਲਫ਼ਜ਼ਾਂ ਦੇ ਵਿੱਚ ਨਹੀਂ ਹੁੰਦਾ ਡਰਾਮੇ ਬਾਅਦ ਵਿੱਚ ਨਹੀਂ ਹੁੰਦਾ ਹਾਂ ਸਿਲਾ ਦਿਖਾਉਣਾ ਪੈਂਦਾ ਕੁਝ ਇੱਕ ਲੋਕਾਂ ਨੇ ਬੜੇ ਬੜੇ ਘਟਿਆ ਕਮੈਂਟ ਵੀ ਕਈ ਜਗ੍ਹਾ ਦੇ ਉੱਤੇ ਸਾਡੇ ਲਈ ਕੀਤੇ ਅਸੀਂ ਰਿਪਲਾਈ ਦੇ ਵਿੱਚ ਕੁਝ ਨਹੀਂ ਕੀਤਾ ਉਹਨਾਂ ਨੇ ਇਹ ਕਿਹਾ ਵੀ ਖੁਦਾ ਤੁਹਾਨੂੰ ਸਮਝਦਾ ਆਤਮਾ ਦੇਵੇ ਅਜੇ ਤੁਸੀਂ ਜੋ ਕਰ ਰਹੇ ਹੋ ਤੁਹਾਡੇ ਲਿਖੇ ਉਹ ਤੁਹਾਨੂੰ ਲੱਗਦਾ ਠੀਕ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸੇ ਚੀਜ਼ ਨੂੰ ਲੈ ਕੇ ਸ਼ਰਮਿੰਦੇ ਹੋਵੋਗੇ ਜਿਵੇਂ ਅੱਜ ਟੀਵੀ ਯਹੋਸ਼ੂਆ ਦੇ ਲੋਕ ਸ਼ਰਮਿੰਦਾ ਹੋ ਰਹੇ ਕਿ ਜਿੰਨੂੰ ਅਸੀਂ ਏਡਾ ਵੱਡਾ ਨਬੀ ਏਡਾ ਵੱਡਾ ਭਵਿਸ਼ਯ ਵਕਤਾ ਏਡਾ ਵੱਡਾ ਅਚੰਬੇ ਤੇ ਕਰਾਮਾਤਾ ਕਰਨ ਵਾਲਾ ਸਮਝਦੇ ਸੀਗੇ ਉਹ ਏਡਾ ਵੱਡਾ ਜਨਾਹਕਾਰ ਹੋ ਸਕਦਾ ਹੈ ਅੱਜ ਬਦਨਾਮੀ ਉਹ ਹੋ ਰਹੀ ਹੈ ਉਹ ਥੁਥੂ ਹੋ ਰਹੀ ਹੈ ਕਿ ਲੋਕ ਪਛਤਾ ਰਹੇ ਹੈ ਕਿ ਅਸੀਂ ਕਿਸੇ ਕੇਸ ਬੰਦੇ ਦੇ ਮਗਰ ਲਗੇ ਸੀ ਉਹ ਇੱਕ ਕਹਾਵਤ ਅਬ ਪਛਤਾਏ ਕਿਆ ਹੋਤ ਜਦ ਚਿੜੀਆ ਚੁਗੀ ਖੇਤ ਤੇ ਇਸ ਤੋਂ ਪਹਿਲਾਂ ਚਿੜੀਆ ਖੇਤ ਚੁਗ ਜਵੇ ਨਾ ਉਸ ਤੋਂ ਪਹਿਲਾਂ ਅਸੀਂ ਸਾਵਧਾਨ ਕਰਦੇ ਆ ਵੀ ਚਿੜੀ ਨੂੰ ਖੇਤ ਵਿੱਚ ਆਉਣ ਨਾ ਦਿਓ ਜਦੋਂ ਚੁਗ ਗਈ ਉਹਦਾ ਤਾਂ ਫਾਇਦਾ ਹੀ ਕੋਈ ਨਹੀਂ ਜਦੋਂ ਚੋਗਾ ਚੁਗ ਕੇ ਉਹ ਲੈ ਗਈ ਨਾ ਉਦੋਂ ਨਹੀਂ ਕੋਈ ਫਾਇਦਾ ਉਹਨੂੰ ਚੁਗਣ ਨਹੀਂ ਦੇਣਾ ਤੇ ਉਹਦੇ ਲਈ ਤੁਹਾਨੂੰ ਹੁਣ ਬੋਲਣਾ ਪੈਣਾ ਬਾਅਦ ਤੇ ਪਛਤਾਵਾ ਹੋਣਾ ਜਦੋਂ ਇਹੋ ਜਿਹੇ ਲੋਕਾਂ ਦਾ ਸਾਰੀਆਂ ਰਿਪੋਰਟਾਂ ਤਿਆਰ ਹੋ ਕੇ ਸਾਹਮਣੇ ਆਉਣੀ ਆ ਨਾ ਉਦੋਂ ਤਾਂ ਸਿਰਫ ਪਛਤਾਉਣਾ ਹੈ ਉਦੋਂ ਹੋਰ ਕਿਉਂਕਿ ਜਦੋਂ ਬਦਨਾਮੀ ਮਸੀਹਤ ਦੇ ਉੱਤੇ ਲੱਗ ਗਈ ਜਦੋਂ ਕਲੰਕ ਲੱਗ ਜਾਣਾ ਨਾ ਉਦੋਂ ਥੋੜੀ ਜਿਹੀ ਸਮਾਧਾਨ ਹੈ ਹਾਂ ਅੱਜ ਸਮਾਧਾਨ ਹੈ ਜੇ ਤੁਸੀਂ ਸੱਚ ਦੇ ਉੱਤੇ ਖੜ ਕੇ ਇਹਨਾਂ ਝੂਠਿਆਂ ਨਬੀਆਂ ਦੇ ਖਿਲਾਫ ਬੋਲੋ ਜਿਨ੍ਹਾਂ ਨੇ ਪਖੰਡ ਨੂੰ ਮਸੀਹਤ ਦੇ ਵਿੱਚ ਲਿਆਂਦਾ ਅੱਜ ਬੋਲੋਗੇ ਨਾ ਤੇ ਫਿਰ ਕੱਲ ਲੋਕ ਤੁਹਾਨੂੰ ਸਰਾਉਣਗੇ ਵੀ ਠੀਕ ਆ ਭਾਈ ਤੁਸੀਂ ਵਾਕਿਆ ਕਹਿੰਦੇ ਸੀ ਤੁਸੀਂ ਸੱਚੇ ਸੀ ਤੇ ਜੇ ਅੱਜ ਤੁਸੀਂ ਖਮੋਸ਼ ਰਹੇ ਤੇ ਕੱਲ ਨੂੰ ਫਿਰ ਲੋਕਾਂ ਨੇ ਅੱਜ ਤੇ ਅਸੀਂ ਕਹਿੰਨੇ ਨਾ ਵੀ ਇਹੋ ਜਿਹੇ ਲੋਕਾਂ ਨੂੰ ਜੁੱਤੀਆਂ ਪਹਿਨਣੀਆਂ ਚਾਹੀਦੀਆਂ ਕੱਲ ਨੂੰ ਇਹ ਗੈਰ ਲੋਕਾਂ ਨੇ ਤੁਹਾਡੇ ਜੁੱਤੀਆਂ ਫੇਰਨ ਹਣਾ ਅਸੀਂ ਜੁੱਤੀ ਫੇਰਨ ਦੀ ਗੱਲ ਕੀਤੀ ਨਾ ਇਹਨਾਂ ਨੇ ਤੁਹਾਡੇ ਫੇਰਨੀ ਆ ਫਿਰ ਇਹਨਾਂ ਨੇ ਫਿਰ ਤੁਹਾਨੂੰ ਇਹੋ ਜੇ ਸਮਝਣਾ ਆ ਇਸਲੇ ਬੱਚੇ ਜਸਮ ਸਿੰਘ ਪਹਿਨਾ ਤੇ ਜਾਣਗੇ ਆ ਇਥੇ ਉਹਨੇ ਕਿਹਾ ਨਾ ਕਿ ਅਸੀਂ ਤੇਰਾ ਨਾਮ ਲੈ ਕੇ ਮੌਜੇ ਜੇ ਕੀਤੇ ਚੰਬੇ ਕੀਤੇ ਕਰਮਾਤਾ ਕੀਤੀਆਂ ਮੁਰਦਿਆਂ ਨੂੰ ਜਵਾਲਿਆ ਅਸੀਂ ਬੜੇ ਬੜੇ ਵੱਡੇ ਕੰਮ ਕੀਤੇ ਤੇ ਯਸ਼ਮ ਸਿੰਘ ਕਹਿੰਦਾ ਹੈ ਏ ਕੁਕਰਮਿਓ ਜਨਾਕ ਕਰੋ ਮੇਰੇ ਤੋਂ ਦੂਰ ਹੋ ਜਾ ਮੈਂ ਕਦੇ ਤੁਹਾਨੂੰ ਜਾਣੇ ਨਹੀਂ ਆ ਜਨਨ ਨੂੰ ਤੁਸੀਂ ਕਹਿ ਰਹੇ ਹੋ ਨਾ ਸਾਡਾ ਪ੍ਰੋਫਿਟ ਸਾਡਾ ਪ੍ਰੋਫਿਟ ਸਾਡਾ ਪ੍ਰੋਫਿਟ ਸਾਡਾ ਪ੍ਰੋਫਿਟ ਕਈ ਨੂੰ ਪਾਪਾਈ ਗਈਆਂ ਨੇ ਕਈ ਕਈ ਨਾਮਾਂ ਨਵਾਜਣ ਦੇ ਆ ਇਹੋ ਜਿਹਾਂ ਦੇ ਲਈ ਬਾਈਬਲ 'ਚ ਲਿਖ ਕੇ ਦਿੱਤਾ ਉਹਨੇ ਪਹਿਲਾਂ ਤੋਂ ਵੀ ਮੈਂ ਸਾਫ਼ ਕਹਿ ਦੂੰਗਾ ਔਰ ਇੱਜ਼ਤ ਕਿੰਨੀ ਪ੍ਰਭੂ ਦੇ ਰਿਹਾ ਭਲਾ ਇਹਨਾਂ ਨੂੰ ਜਿਹਨਾਂ ਨੂੰ ਤੁਸੀਂ ਪ੍ਰੋਫਿਟ ਪ੍ਰੋਫਿਟ ਕਰਨ ਦੇ ਹੋ ਨਾ ਵਚਨ 'ਚ ਲਿਖਿਆ ਕਹਿੰਦਾ ਐ ਕੁਕਰਮਿਓ ਐ ਜਨਾ ਕਰੋ ਮੇਰੇ ਤੋਂ ਦੂਰ ਹੋ ਜਾਓ ਕਿਉਂਕਿ ਮੈਂ ਤੁਹਾਨੂੰ ਜਾਣਦੇ ਨਹੀਂ ਔਰ ਅੱਜ ਤੁਹਾਨੂੰ ਲੱਗਦਾ ਹੈ ਵੀ ਸ਼ਾਇਦ ਅਸੀਂ ਉਹਨਾਂ ਜਲਨ ਰੱਖਦੇ ਹੋਏ ਇਹ ਗੱਲਾਂ ਕਰ ਰਹੇ ਆਂ ਜਨ ਰੱਖਦੇ ਹੋਏ ਨਹੀਂ ਵਚਨ ਦਾ ਗਿਆਨ ਰੱਖਦੇ ਹੋਏ ਅੱਜ ਤੁਹਾਨੂੰ ਸਮਝਾ ਰਹੇ ਆਂ ਅੱਜ ਅਸੀਂ ਬੁਰੇ ਲੱਗਣਾ ਤੁਹਾਨੂੰ ਅੱਜ ਤੁਸਾਨੂੰ ਬਹੁਤ ਗੱਲਾਂ ਕੱਢਣੀਆਂ ਆਂ ਲੇਕਿਨ ਬਾਅਦ ਵਿੱਚ ਤੁਸੀਂ ਪਛਤਾਉਣਾ ਯਾਦ ਰੱਖਿਓ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਜ਼ਾ ਹੋਣੀ ਸੀ ਨਾ ਇਸرائیਲੀਆਂ ਨੇ ਇੱਕ ਬੜੀ ਘਟੀਆਂ ਮੰਗ ਕੀਤੀ ਸੀ ਅੱਜ ਸੇਮ ਕੰਮ ਲੋਕ ਉਹ ਕਰ ਰਹੇ ਜਿਹੜੇ ਅੰਤ ਭਗਤ ਹੋ ਕੇ ਇਹੋ ਜਿਹੇ ਲੋਕਾਂ ਦੇ ਪਿੱਛੇ ਲੱਗੇ। ਉਹ ਕਿਹੜੀ ਗੱਲ ਸੀਗੀ? ਸਜ਼ਾ ਦੇਣ ਵਾਲਾ ਕਹਿ ਰਿਹਾ ਮੈਂ ਇਹਦੇ ਵਿੱਚ ਮੌਤ ਦੇ ਯੋਗ ਕੋਈ ਪਾਪ ਕੋਈ ਗਲਤੀ ਵੇਖਦਾ ਨਹੀਂ। ਪਰ ਫੇ ਵੀ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਇਹਨੂੰ ਸਰੀਰ ਦਿੱਤਾ ਜਾਵੇ। ਤੇ ਅਗਲਾ ਕਹਿੰਦਾ ਮੈਂ ਇਹਦੇ ਖੂਨ ਤੋਂ ਬੇਦੋਸ਼ਾ ਆਂ ਤੇ ਇਹ ਚੀਕਾਂ ਮਾਰ-ਮਾਰ ਕੇ ਕੀ ਕਹਿ ਰਹੇ ਆ ਭਰਾ ਇਹਦਾ ਖੂਨ ਸਾਡੇ ਤੇ ਸਾਡੀ ਸੰਤਾਨ ਉੱਤੇ ਪਵੇ ਇਹਦਾ ਲਹੂ ਸਾਡੇ ਤੇ ਸਾਡੀ ਸੰਤਾਨ ਦੇ ਉੱਤੇ ਪਵੇ ਆਪ ਹੀ ਮੰਗ ਲਈ ਆਪਣੇ ਲਈ ਬਰਬਾਦ ਆਪਣੇ ਲਈ ਵੀ ਤੇ ਆਪਣੀ ਔਲਾਦ ਦੇ ਲਈ ਵੀ ਯਾਨੀ ਕਿ ਕਬੂਲ ਕਰ ਲੈ ਵੀ ਇਹਦੀ ਮੌਤ ਦੀ ਵਜ੍ਹਾ ਅਸੀਂ ਬਣ ਰਹੇ ਹਾਂ ਤੇ ਸਾਡੀ ਔਲਾਦ ਦੇ ਉੱਤੇ ਵੀ ਆਵੇ ਤੇ ਕੋਈ ਗੱਲ ਨਹੀਂ ਪਰ ਇਹ ਬੰਦਾ ਬਖਸ਼ਿਆ ਜਾਣਾ ਚਾਹੀਦਾ ਨਹੀਂ ਕੀ ਪਾਪ ਸੀ ਯਸੂ ਮਸੀਹ ਨੇ ਕੀਤਾ ਜਿਹੜਾ ਉਸ ਵਕਤ ਇਹ ਯਸੂ ਮਸੀਹ ਦੇ ਪ੍ਰਤੀ ਇਨੇ ਸਖਤ ਦਿਲ ਹੋਗੇ ਸੀ ਪਾਪ ਕੁਛ ਨਹੀਂ ਸੀ ਸਿਰਫ ਸੱਚਾਈ ਬੋਲਣ ਪਾਪ ਕਵਚਨ ਸੀ ਸਿਰਫ ਖਰਾ ਉਪਦੇਸ਼ ਬੋਲਿਆ ਸੀ ਪਾਪ ਨੇ ਸੀ ਕੀ ਕੀਤਾ ਸੀਗਾ ਭਲਾ ਖਰਾ ਉਪਦੇਸ਼ ਹੀ ਬੋਲਿਆ ਸੀ ਉਹ ਖਰਾ ਉਪਦੇਸ਼ ਉਹਨਾਂ ਦੇ ਕੋਲ ਸਹਿਣ ਨਹੀਂ ਹੋਇਆ ਔਰ ਜਿਵੇਂ ਅਸੀਂ ਪੜਿਆ ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ ਉਸ ਸਮੇਂ ਵੀ ਉਹਨਾਂ ਦਾ ਇਹੀ ਹਾਲ ਸੀ ਪ੍ਰਭੂ ਯਿਸੂਮ ਸੀ ਸੱਚ ਦੱਸਦਾ ਸੀ ਉਹਨਾਂ ਨੂੰ ਚੁੱਭ ਦੱਸ ਫੱਕੀਆਂ ਫਰੀਸੀਆਂ ਨੂੰ ਪੁਜੋਹਤਾ ਨੂੰ ਚੁੱਭਦਾ ਸੀ ਤੇ ਫਿਰ ਉਹ ਜਨਤਾ ਨੂੰ ਭੜਕਾਉਂਦੇ ਸੀ ਵੀ ਇਹ ਝੂਠਾ ਆ। ਕਿਹਨੂੰ ਪਤਾ ਜਿਹੜਾ ਸੱਚਾ ਸੀ ਉਹਨੂੰ ਕੌਣ ਭੜਕਾਉਂਦੇ ਸੀਗੇ? ਉਹਨੂੰ ਉਸ ਸਮੇਂ ਦੇ ਪੁਜੋਹਤ ਲੋਕ ਹੀ ਭੜਕਾਉਂਦੇ ਸੀਗੇ ਵੀ ਨਹੀਂ ਇਹ ਝੂਠਾ ਆ। ਤੇ ਜਿਵੇਂ ਅੱਜ ਲੋਕ ਅੰਧ ਭਗਤ ਬਣੇ ਹੋਏ ਆ ਉਸ ਸਮੇਂ ਉਹ ਲੋਕ ਅੰਧ ਭਗਤ ਸੀਗੇ। ਤੇ ਉਹਨਾਂ ਨੇ ਪੁਜੋਹਤਾਂ ਨੂੰ ਸੁਣ ਕੇ ਉਹਨਾਂ ਦੀ ਗੱਲ ਨੂੰ ਮਨਣਾਵਨਾਂ ਨੂੰ ਠੀਕ ਲੱਗਾ ਜਿਹੜੇ ਝੂਠੇ ਸੀ ਤੇ ਸੱਚੇ ਦੇ ਲੋਕ ਕੀ ਕਹਿੰਦੇ ਆ ਇਹਨੂੰ ਸਲੀਬ ਦਿਓ ਇਹਦਾ ਲਹੂ ਸਾਡੇ ਤੇ ਸਾਡੀ ਔਲਾਦ ਦੇ ਉੱਤੇ ਆਵੇ ਤੇ ਉਹਨਾਂ ਦੇ ਇਸ ਬੋਲ ਨੂੰ ਖੁਦਾ ਨੇ ਨੇੜਿਓਂ ਹੋ ਕੇ ਸੁਣਿਆ ਸੀ ਤੇ ਸਜ਼ਾ ਫਿਰ ਐਸੀ ਆਈ ਸੀ ਕਿ ਉਹਦੇ ਜਾਣ ਤੋਂ ਕੁਝ ਹਿਸਾਬ ਨਾਲ ਦੇ ਬਾਅਦ 70 ઈસવી ਦੇ ਵਿੱਚ ਸਕੋਸ਼ੀ ਸਾਲਾਂ ਬਾਅਦ ਐਸੀ ਸਜ਼ਾ ਫਿਰ ਆਈ ਸੀਗੀ ਯਰੂਸ਼ਲਮ ਦੀਆਂ ਸੜਕਾਂ ਯਰੂਸ਼ਲਮ ਦੀਆਂ ਗਲੀਆਂ ਯਰੂਸ਼ਲਮ ਦੀਆਂ ਨਾਲੀਆਂ ਯਰੂਸ਼ਲਮ ਦੀਆਂ ਕੰਧਾਂ ਖੂਨ ਹੀ ਖੂਨ ਸੀ ਇੱਕ ਵਿਦੋਸ਼ੇ ਦੇ ਖੂਨ ਉਹਨਾਂ ਨੇ ਕਿਹਾ ਇਹਦਾ ਲਹੂ ਸਾਡੇ ਤੇ ਸਾਡੀ ਸੰਤਾਨ ਦੇ ਉੱਤੇ ਆਵੇ ਤੇ ਦੋਸ਼ ਕੀ ਆਉਦਾ ਸਿਰਫ ਖਰੀ ਸਿੱਖਿਆ ਦੱਸਦਾ ਪਿਆ ਸੀ ਤੇ ਲਿਖਿਆ ਤੁਸੀਂ ਪਹਿਲੇ ਨਬੀਆਂ ਦਾ ਵੀ ਕਤਲ ਕਰਦਾ ਆਏ ਤੁਹਾਡੇ ਬਾਪ ਦਾਦਿਆਂ ਨੇ ਵੀ ਇਹੋ ਕੀਤਾ ਸੀ ਤੇ ਤੁਸੀਂ ਵੀ ਇਸ ਤੋਂ ਬਾਜ਼ ਨਹੀਂ ਹੋਣਾ ਔਰ ਖਰਾਪ ਦੇਸ਼ ਜਿਹੜਾ ਹੁੰਦਾ ਨਾ ਇਹਦੇ ਵਿੱਚ ਉਹ ਚਾਪਲੂਸੀ ਜਿਹੀ ਮਿਕਸ ਨਹੀਂ ਹੁੰਦੀ ਇਹ ਖਰਾਪ ਦੇਸ਼ ਜਿਹੜਾ ਨਾ ਇਹ ਪਿਆਰ 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 ਕਰਕੇ ਨਹੀਂ ਸੁਣਾਇਆ ਜਾ ਸਕਦਾ ਇਹਦੇ ਲਈ ਬੰਦੇ ਨੂੰ ਸਖਤ ਹੋਣਾ ਪੈਂਦਾ ਆਇਆ ਤੇ ਉਹਨਾਂ ਦੇ ਨਾਲ ਗੱਲ ਕਰਨ ਵਾਸਤੇ ਹੀ ਹਨ ਪਹਾੜ ਦੇ ਉੱਤੇ ਪਰ ਨੇញੋਂ ਆਪਣਾ ਸਮਝਾਉਂਦਾ ਵੀ ਪਹਾੜ ਦੇ ਆਲੇ ਦੁਆਲੇ ਹੱਦਬੰਦੀ ਬਣਾ ਦਿਓ। ਕੋਸ ਹੱਦ ਦੇ ਅੰਦਰ ਕੋਈ ਆਉਣ ਦੀ ਜੁਰਤ ਨਾ ਕਰੇ। ਨੇਜਮਾਦਾ। ਉਹ ਤੋਂ ਪਰੇ ਹੋ ਕੇ ਕੰਮ ਬੰਨਣਾ। ਪਰੇ ਹੋ ਕੇ ਕੰਮ ਨਹੀਂ ਬੰਨਣਾ। ਸੋ ਇਸਦੇ ਕੀ ਲਿਖਿਆ ਆਇਆ? ਔਰ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ ਇੱਕ ਸਮਾਂ ਆਵੇਗਾ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਹਨਾਂ ਨੂੰ ਖੁਸ਼ ਕਰਨਗੇ। ਕਿ ਮਿਲਣਗੇ ਭਾਵੇਂ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜਿਹੜੇ ਕੀ ਕਰਨਗੇ ਭਾਵੇਂ ਉਹਨਾਂ ਨੂੰ ਖੁਸ਼ ਕਰਨਗੇ ਅੱਜ ਦੇਖ ਲਓ ਜੋ ਕਿਆਸ ਹੋਇਆ ਨਾ ਵਚਨ ਦੇ ਵਿੱਚ ਉਹ ਸਭ ਕੁਝ ਸਾਹਮਣੇ ਆ ਫਿਰ ਵੀ ਅੰਤ ਭਗਤੀ ਜਾ ਰਹੀ ਨਹੀਂ ਹੈ ਫਿਰ ਵੀ ਨਹੀਂ ਜਾ ਰਹੀ ਸੋ ਇਸ ਅੰਧ ਭਗਤੀ ਦਾ ਫਿਰ ਜਿਹੜਾ ਨਾ ਪਰ ਰਾਮ ਹੈ ਨਾ ਉਹ ਬੜਾ ਖਤਨਾਕ ਹੈ ਜਿਵੇਂ ਦੱਸਿਆ ਕਿ ਉਹਨਾਂ ਨੇ ਆਪ ਕਿਹਾ ਇਹਦਾ ਲਹੂ ਸਾਡੇ ਤੇ ਸਾਡੀ ਸੰਤਾਨ ਦੇ ਉੱਤੇ ਆਵੇ ਤੇ ਉਹ ਫਿਰ ਲੋ ਆਇਆ ਔਰ ਐਸਾ ਆਇਆ ਕਿ ਉਸ ਕੋਮ ਨੂੰ ਆਪਣਾ ਦੇਸ਼ ਛੱਡਣਾ ਪਿਆ ਜਿਹੜੇ ਭੱਜ ਗਏ ਭੱਜ ਗਏ ਜਿਹੜੇ ਬਾਕੀ ਰਹਿ ਗਏ ਉਹ ਸਭ ਕਤਲ ਕਰ ਦਿੱਤੇ ਕਿਦਰੋਂ ਨਾਲਾ ਉਹਨਾਂ ਦੀਆਂ ਲਾਸ਼ਾਂ ਦੇ ਨਾਲ ਭਰ ਗਿਆ ਜਿਹੜਾ ਸੈਨਾਪਤੀ ਸੀ ਨਾ ਰੋਮੀ ਉਹਨੇ ਵੀ ਕੰਨਾਂ ਨੂੰ ਹੱਥ ਲਾ ਦਿੱਤਾ ਸੀ ਕਿਸ ਗੱਲੋਂ ਇਸ ਕੋਮ ਦੇ ਉੱਤੇ ਰੱਬ ਨੇ ਕੈਸੀ ਸਜ਼ਾ ਦਿੱਤੀ ਪ੍ਰਮੇਸ਼ਰ ਨੇ ਪਰ ਫਿਰ ਦੂਸਰਾ ਰੂਪ ਦਿਖਾਇਆ ਫਿਰ ਜਦੋਂ ਬੰਦੇ ਦੇ ਪੁੱਤਰ ਨੇ ਨਾ ਬਣੇ ਤੇ ਫਿਰ ਦੂਸਰਾ ਰੂਪ ਦਿਖਾਇਆ ਔਰ ਕੈਸਾ ਰੂਪ ਸੀ ਇਹ ਦੁੱਧ ਚੁੰਗਦੇ ਬੱਚੇ ਮਾਵਾਂ ਦੇ ਕੋਲੋਂ ਖੋਹ-ਖੋ ਕੇ ਉਹਨਾਂ ਨੇ ਜਰੋਸ਼ਰਮ ਦੀਆਂ ਕੰਧਾਂ ਜਿਹੜੀਆਂ ਪੱਥਰਾਂ ਦੇ ਨਾਲ ਬਣੀਆਂ ਹੋਈਆਂ ਸੀ ਨਾ ਉਹਨਾਂ ਦੇ ਵਿੱਚ ਮਾਰੇ ਔਰ ਮੱਧ ਵਿੱਚ ਦੱਸਿਆ ਕਿ ਕੰਦਾਂ ਵੀ ਖੂਨ ਨਾਲ ਲੱਤ-ਪੱਤ ਸੀ ਸੜਕਾਂ ਵੀ ਖੂਨ ਨਾਲ ਲੱਤ-ਪੱਤ ਸੀ ਨਾਲੀਆਂ ਦੇ ਵਿੱਚ ਪਾਣੀ ਨਹੀਂ ਇੱਕ ਖਰਾ ਉਪਦੇਸ਼ ਦਾ ਵਿਰੋਧ ਕਰਨ ਵਾਲਿਆਂ ਦਾ ਤੇ ਉਹਨਾਂ ਦੀ ਸੰਤਾਨ ਦਾ ਲਹੂ ਵਹਿੰਦਾ ਸੀ ਔਰ ਐਸੀ ਸਜ਼ਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੱਜ ਗਏ ਔਰ ਜਿਹਾ ਵਿਵਸਥਾ ਸਾਰ ਦੇ ਵਿੱਚ ਲਿਖਿਆ ਨਾ ਕੋਈ ਤੁਹਾਡਾ ਮੁੱਲ ਪਾਉਣ ਵਾਲਾ ਵੀ ਨਹੀਂ ਮਿਲੂਗਾ। ਉਹ ਫਿਰ ਹੋਇਆ ਕੰਮ। ਬੋਖਦੇ ਮਾਰਿਆਂ ਦੀ ਇਹਨਾਂ ਦੀ ਦਸ਼ਾ ਐਸੀ ਹੋ ਗਈ ਸੀ ਕਿ ਇਹਨਾਂ ਦੀਆਂ ਹੱਡੀਆਂ ਤੇ ਪਸਲੀਆਂ ਗਿਣੀਆਂ ਜਾ ਸਕਦੀਆਂ ਸੀ। ਔਰ ਐਡੇ ਕਮਜ਼ੋਰ ਹੋ ਗਏ ਸੀ ਕਿ ਕੋਈ ਕੰਮ ਧੰਦਾ ਕਰਨ ਦੇ ਵੀ ਯੋਗ ਨਹੀਂ ਸੀ ਤੇ ਗੁਲਾਮ ਦੇ ਲਈ ਇਹਨਾਂ ਦੀ ਬੋਲੀ ਲੱਗਦੀ ਸੀ ਤੇ ਕੋਈ ਬੋਲੀ ਦੇਣ ਦੇ ਲਈ ਤਿਆਰ ਨਹੀਂ ਸੀ ਹੁੰਦਾ ਪਹਿਲਾਂ ਪੁਸ਼ਵਾਨੀ ਸੀ ਤੁਹਾਡੇ ਨਾਲ ਹੋਣਾ ਆ ਕੋਈ ਖਰੀਦਾ ਨਹੀਂ ਸੀ ਇਸ ਲਈ ਨਹੀਂ ਸੀ ਖਰੀਦਾ ਇਹਨਾਂ ਨੂੰ ਗੁਲਾਮ ਰੱਖਣ ਦੇ ਲਈ ਵੀ ਵੀ ਪਹਿਲਾਂ ਤੇ ਇਹਨਾਂ ਤੇ ਪੈਸਾ ਖਰਚ ਕਰਕੇ ਇਹਨਾਂ ਨੂੰ ਖਲਾ ਪਲਾ ਕੇ ਇਸ ਲਾਇਕ ਬਣਾਵਾਂਗੇ ਵੀ ਇਹ ਕੰਮ ਕਰਨ ਦੇ ਯੋਗ ਹੋਣ ਕੋਰੇਨਾ ਦੇ ਨਾਲ ਇਹ ਸਭ ਕੁਝ ਕਿਉਂ ਹੋਇਆ ਇਹਨਾਂ ਨੇ खरे ਉਪਦੇਸ਼ ਨੂੰ ਕੋ ਬੂਲ ਨਹੀਂ ਕੀਤਾ ਇਹਨਾਂ ਨੇ ਉਸ ਜ਼ਿੰਦਗੀ ਦੇ ਦਾਤਾ ਨੂੰ ਸਲੀਬ ਦੇ ਉੱਤੇ ਚੜਾਇਆ ਕਾਟਾਜ ਵੀ ਨਹੀਂ ਹੋ ਰਿਹਾ ਅੱਜ ਵੀ ਜਿਹੜਾ ਖਰਾ ਉਪਦੇਸ਼ ਦੇਣ ਦੇ ਲਈ ਅੜਦਾ ਤੇ ਖੜਦਾ ਹੈ ਨਾ ਕੱਟ ਤੁਸੀਂ ਲੋਕ ਅੱਜ ਵੀ ਨਹੀਂ ਕਰਦੇ ਕਿਉਂ ਪਲਾ ਕਿਉਂਕਿ ਇਸ ਸੰਸਾਰ ਦੇ ਈਸ਼ਵਰ ਨੇ ਕੀ ਕੀਤਾ ਹੈ ਪਲਾ ਇਹਨਾਂ ਦੀਆਂ ਅੱਖਾਂ ਨੂੰ ਅੰਨਿਆ ਕੀਤਾ ਹੈ ਇਸ ਰੀ ਲਿਖਿਆ ਵੀ ਲੋਕ ਸੁਣਦੇ ਹੋਏ ਵੀ ਨਹੀਂ ਸੁਣਦੇ ਦੇਖਦੇ ਹੋਏ ਵੀ ਨਹੀਂ ਦੇਖਦੇ ਤੇ ਸਮਝਦੇ ਹੋਏ ਵੀ ਨਹੀਂ ਸਮਝਦੇ ਕਿਉਂਕਿ ਇਹਨਾਂ ਦੇ ਕੰਨ ਭਾਰੇ ਹੋ ਗਏ ਸਭ ਕੁਝ ਸਾਹਮਣੇ ਆ ਮੈਂ ਅੱਜ ਪਾਈ ਹੈ ਇਹ ਜਿਹਨੂੰ ਨਬੀ ਨਬੀ ਕਰਕੇ ਭੋਹੇ ਜੜਾ ਆ ਨਾ ਉਹਦੇ ਵਿੱਚ ਵੀਡੀਓ ਪਾਈ ਹੈ ਦੇਖੋ ਉਹਦਾ ਸੇਮ ਦੇਖੋ ਉਹਦਾ ਇਹ ਕਿਸੇ ਨਬੀ ਦੀ ਨਿਸ਼ਾਨੀ ਹੈ ਕਿਵੇਂ श्राप ਦੇ ਰਿਹਾ ਕਿਸੇ ਨਬੀ ਦੀ ਨਿਸ਼ਾਨੀ ਹੈ ਉਹ श्राप ਵੀ ਝੂਠਾ ਵੀ ਮੇਰੇ ਜਿਹੜੇ ਖਿਲਾਫ ਬੋਲ ਰਿਹਾ ਨਾ ਯੂਟਿਊਬਰ ਉਦੇ ਘਰ ਦੇ ਵਿੱਚ ਦੋ ਮੋਤਾਂ ਹੋਣਗੀਆਂ ਦੱਸ ਨਾ ਕਿਹਦੇਆਂ ਹੋਣੀਆਂ ਜੇ ਤੈਨੂੰ ਪਿਤਰ ਆਤਮਾ ਨੇ ਦਿਖਾ ਦਿੱਤਾ ਨਾ ਤੇ ਫਿਰ ਦੱਸ ਕਿਹਦੀਆਂ ਹੋਣੀਆਂ ਇਹ ਵੀ ਤੂੰ ਦੱਸ ਨਾ ਹੋਣ ਤੇਰੀਆਂ ਇਹ ਭਿਸ਼ਵਾਣੀਆਂ ਜਿਹੜੀਆਂ ਨਾ ਅੰਧ ਭਗਤਾ ਅੱਗੇ ਤੇ ਤੂੰ ਜਿੰਦਿਆਂ ਮਰਜੀ ਝੂਠੀਆਂ ਕਰੀ ਜਾ ਜਿਹੜੇ ਬਚਨ ਦੇ ਜਾਣਨ ਵਾਲੇ ਆ ਨਾ ਇਹ ਤੇਰੀਆਂ ਇਹਨਾਂ ਝੂਠੀਆਂ ਭਿਸ਼ਵਾਣੀਆਂ ਦਾ ਉਹਨਾਂ ਤੇ ਥੋੜੀ ਅਸਰ ਕੁਝ ਹੋਣ ਵਾਲਾ ਉਨ ਦਿਨ ਰੱਬ ਖੜਾ ਪਰਬਜਿੰਝ ਲਿਖਿਆ ਸੀ ਕਹਿੰਦਾ ਜਿਹੜਾ ਅਬਰਾਹਮ ਤੇ ਉਹਦੀ ਸੰਤਾਨ ਨੂੰ ਬਰਕਤ ਦੇਵੇਗਾ ਮੈਂ ਉਹਨੂੰ ਬਰਕਤ ਦਵਾਂਗਾ ਤੇ ਜਿਹੜਾ ਉਹਨੂੰ ਸਰਾਪ ਦੇਵੇਗਾ ਮੈਂ ਉਹਨੂੰ ਸਰਾਪ ਦਵਾਂਗਾ ਤੇਰੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਤੂੰ ਤੇ ਸਰਾਪ ਦਿੱਤਾ ਪਰ ਰੱਬ ਦਾ ਸਰਾਪ ਤੇਰੇ ਉੱਤੇ ਨਾ ਆ ਜਾਵੇ ਜਿੱਦਾਂ ਇਸرائیਲੀਆਂ ਦੇ ਉੱਤੇ ਆਇਆ ਸੀ ਜਿੱਦਣ ਉਹਨੇ ਤੈਨੂੰ ਹੱਥ ਪਾਇਆ ਨਾ ਆ ਜਿੰਨੇ ਆ ਤੇਰੇ ਮਾਨਮੂਨ ਹੈਗੇ ਪੈਸੇ ਦੇ ਉੱਤੇ ਤੇ ਲੀਡਰਾਂ ਦੇ ਉੱਤੇ ਤੇ ਆਲੇ-ਦਾਲੇ ਦੇ ਲੋਕਾਂ ਦੇ ਉੱਤੇ ਇਹ ਇੱਕ ਵੀ ਤੇਰੇ ਲਾਗੇ ਖੜਨਾ ਨਹੀਂ ਇੱਕ ਵੀ ਤੇ ਵਧੀਆ ਇਹ ਹੀ ਆ ਅੱਜ ਵੀ ਤੇਰ ਕੋ ਮੌਕਾ ਹੈਗਾ ਗੋਡਿਆਂ ਤੇ ਆ ਜਾ ਤੌਬਾ ਕਰਕੇ ਮਾਫੀ ਮੰਗ ਰੱਬ ਦੇ ਕੋਲ ਤੇਨੂੰ ਕਾ ਗਲਤੀਆਂ ਫਲਤੀਆਂ ਕਰ ਮਾਫ ਤੇ ਇੱਕ ਜੀਨ ਦਾ ਮੌਕਾ ਦੇ ਰਿਹਾ ਰਹਿਮਦੇਲ ਪ੍ਰੇਮੀਆ ਛੇਦ ਤੇਰੇ ਸੱਚੀ ਤੌਬਾ ਨੂੰ ਵੇਖ ਕੇ ਤੇਰੇ ਉੱਤੇ ਰਹਿਮ ਕਰ ਦੇ ਅਸੀਂ ਵੀ ਪ੍ਰਾਰਥਨਾ ਕਰਾਂਗੇ ਸਪੈਰੇ ਜੀ ਜੋ ਕੀ ਲਿਖਿਆ ਹੈ ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਾਂਗੇ ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਹਨਾਂ ਨੂੰ ਖੁਸ਼ ਕਰਨਗੇ ਅੱਜ ਉਹ ਹੀ ਹੈ। ਅੱਜ ਇਹਨਾਂ ਨੂੰ ਖੁਸ਼ ਕਰਨ ਵਾਲਾ ਮਿਲਿਆ ਹੈ। ਇਹਨਾਂ ਦੀ ਮਰਜ਼ੀ ਦਾ ਇਹਨਾਂ ਨੂੰ ਵਚਨ ਸੁਣਾਉਣ ਵਾਲਾ ਚਾਹੀਦਾ। ਇਹਨਾਂ ਦਾ ਭਗੜੇ ਪਾਉਣ ਨੂੰ ਦਿਲ ਕਰਦਾ ਹੈ ਇਹਨਾਂ ਨੂੰ ਇਦਾਂ ਦਾ ਚਾਹੀਦਾ ਜਿਹੜਾ ਕਹੇ ਹਾਂ ਹਾਂ ਭਗੜੇ ਦੇ ਬਿਲਕੁਲ ਬਹੁਤ ਵਧੀਆ ਜਿੱਦਾਂ ਦੇ ਮਰਜ਼ੀ ਪਾਓ ਦੋ ਦਿਨ ਇਹ ਪਾਇਆ ਸੀ ਤੁਸੀਂ ਪਾਓ। ਜੂਆ ਖੇਡਣ ਵਾਲੇ ਨੂੰ ਚਾਹੀਦਾ ਆ ਉਦਾਂ ਦਾ ਜਿਹੜਾ ਉਹਨੂੰ ਇਹ ਨਾ ਕਹੇ ਵੀ ਤੂੰ ਜੂਆ ਬੰਦ ਕਰ ਬਲਕਿ ਕਹੇ ਜੂਏ ਦਾ ਇਹਦੇ ਨਾਲ ਕੀ ਸੰਬੰਧ ਹੈ ਜੀ ਤੁਸੀਂ ਬਸ ਤੁਸੀਂ ਦਸ਼ਮਾਚ ਦਾਨ ਲੈ ਕੇ ਆਓ ਜੂਏ ਚਾਹੀਦੀ ਕੋਈ ਗੱਲ ਹੀ ਨਹੀਂ ਇਹਨਾਂ ਨੂੰ ਐਸਾ ਚਾਹੀਦਾ ਜਿਹੜਾ ਇਹਨਾਂ ਨੂੰ ਖੁਸ਼ ਕਰੇ ਹਾਂ ਜੀ ਸ਼ਰਾਬ ਪੀਂਦੋ ਕੋਈ ਗੱਲ ਹੀ ਨਹੀਂ ਜਿੰਨੇ ਮਰਜ਼ੀ ਪੀਓ ਇਹਦੇ ਨਾਲ ਕੀ ਫਰਕ ਪੈਂਦਾ ਹੈ ਝੂਠ ਬੋਲਦੇ ਹੋ ਕੋਈ ਗੱਲ ਨਹੀਂ ਅਬਰਾਹਮ ਨੇ ਬੋਲਿਆ ਇਸ਼ਹਾਕ ਨੇ ਬੋਲਿਆ ਯਾਕੂਬ ਨੇ ਬੋਲਿਆ ਜੇ ਤੁਸੀਂ ਮੜਾ ਮੋਟਾ ਬੋਲਦੋਂਗੇ ਤੇ ਕਿਹੜੀ ਗੱਲ ਹੈ ਨਾ ਤੇ ਇਦਾਂ ਦਾ ਚਾਹੀਦਾ ਲਿਖਿਆ ਵੀ ਇਦਾਂ ਦੇ ਹੋਣਗੇ ਜਿਹੜੇ ਇਹਨਾਂ ਕੀ ਕਰਨਗੇ ਖੁਸ਼ ਕਰਨਗੇ ਇਹ ਅਬਰਾਹਮ ਦੇ ਝੂਠ ਨੂੰ ਇਹਨਾਂ ਦੇ ਲਈ ਬਲ ਬਣਾ ਕੇ ਕਹਿਣਗੇ ਤੇ ਸਹੀ ਵੀ ਅਬਰਾਹਮ ਨੇ ਵੀ ਝੂਠ ਬੋਲਿਆ ਸੀ ਪਰ ਇਹਨਾਂ ਨੇ ਇਹ ਕੁੰਡੀ ਤੁਹਾਨੂੰ ਕਦੇ ਨਹੀਂ ਦੱਸਣੀ ਵੀ ਅਬਰਾਹਮ ਨੂੰ ਵੀ ਸਜ਼ਾ ਕਿ ਮਿਲੀ ਸੀ ਦੌਦ ਦਾ ਨਚਣਾ ਇਹ ਤੁਹਾਨੂੰ ਦੱਸਣਗੇ ਦੌਦ ਦੀ ਜਨਾਕਾਰੀ ਨੂੰ ਵੀ ਤੇ ਦੱਸਣਾ ਜਦੋਂ ਦੋਦ ਦਾ ਹੀ ਪਿੱਛਾ ਕਰਨਾ ਨਾ ਤੇ ਦੋਦ ਦੀਆਂ ਫਿਰ ਜੇ ਤੁਸੀਂ ਇੱਕ ਚੀਜ਼ ਤੇ ਫੜ ਲਿਆ ਦੋਦ ਦੀਆਂ ਤੇ ਦੋਦ ਦੀਆਂ ਬਾਕੀ ਚੀਜ਼ਾਂ ਨੂੰ ਵੀ ਫੜੋ ਨਾ ਦੋਦ ਨੇ ਜਨਾਹਕਾਰੀ ਵੀ ਕੀਤੀ ਸੀ ਤੇ ਫੇ ਹੁਣ ਪੜਦੇ ਪਾਓ ਤੇ ਕਹੋ ਕੋਈ ਗੱਲ ਨਹੀਂ ਜਨਾਹਕਾਰੀ ਜੇ ਕੀਤੀ ਸੀ ਤੇ ਰੱਬ ਨੇ ਦੋਦ ਦੀ ਮਾਫੀ ਸੁਣ ਕੇ ਤੇ ਦੋਦ ਨੂੰ ਮaaf ਕਰ ਹੀ ਦਿੱਤਾ ਸੀ ਤੁਸੀਂ ਵੀ ਜਨਾਹ ਕਰ ਬਣੋ ਤੇ ਤੁਹਾਡੇ ਵੀ ਤੇ ਮaaf ਹੋ ਜਾਣੀ ਇਹ ਹੁਣ ਸੁਣਾਉਣਾ ਸ਼ੁਰੂ ਕਰੋ ਦੋਦੇ ਦੀ ਜ਼ਿੰਦਗੀ ਦੀ ਆਖਰੀ ਤਮੰਨਾ ਨੂੰ ਪਰਮੇਸ਼ਵਰ ਨੇ ਉਹਦੇ ਕੋਲੋਂ ਖੋ ਲਿਆ ਸੀ ਦੋਦੇ ਦੇ ਪੁੱਤਰ ਨੂੰ ਪਰਮੇਸ਼ਵਰ ਨੇ ਮਾਰ ਦਿੱਤਾ ਸੀ ਦੋਦ ਨੂੰ ਪਰਮੇਸ਼ਵਰ ਨੇ ਸਜ਼ਾ ਦੇ ਕੇ ਫਿਰ ਆਪਣੀ ਦਇਆ ਨੂੰ ਦਿਖਾਇਆ ਸੀ ਇਸ ਤੇ ਕੀ ਲਿਖਿਆ ਹੈ ਉਹ ਖੁਸ਼ ਕਰਨਗੇ ਅੱਜ ਕਲੀਆਂ ਨੂੰ ਕਿਹਾ ਜਾ ਸੇਵਕ ਚਾਹੀਦਾ ਭਲਾ ਜਿਹੜਾ ਉਹਨੂੰ ਖੁਸ਼ ਕਰੇ ਸਾਡੇ ਵਰਗਾ ਥੋੜੀ ਕਬੂਲ ਹੋਣਾ ਕਿਉਂਕਿ ਅਸੀਂ ਤੇ ਦੁੱਖ ਦੀ ਰੱਗ ਦੇ ਉੱਤੇ ਹੱਥ ਰੱਖਣਾ ਭਾਵੇਂ ਵਿਸ਼ਵਾਸੀ ਹੋਵੇ ਤੇ ਭਾਵੇਂ ਸੇਵਕ ਹੋਵੇ ਅਸੀਂ ਪਿਆਰ ਜਿਹੜਾ ਨਾ ਉਹ ਸ਼ਬਦਾਂ ਦੇ ਵਿੱਚ ਨਹੀਂ ਦਿਖਾਉਣਾ ਗੱਲੀ ਜਵਾਨੀ ਨਹੀਂ ਬਲਕਿ ਪਰਮੇਸ਼ਰ ਦੇ ਪੂਰੇ ਸੁਭਾਅ ਨੂੰ ਦਿਖਾਉਣਾ ਜਿਵੇਂ ਉਹਦੇ ਪ੍ਰੇਮ ਨੂੰ ਦਿਖਾਉਣਾ ਉੱਥੇ ਉਹਦੇ ਕਰੋਧ ਨੂੰ ਵੀ ਦਿਖਾਉਣਾ ਉਹਦੇ ਕਰੋਧ ਦੇ ਅੱਗੇ ਲਿਖਿਆ ਜ਼ਮੀਨ ਅਸਮਾਨ ਭੱਜ ਗਏ ਤੇ ਉਹਨਾਂ ਨੂੰ ਜਗ੍ਹਾ ਨਾ ਮਿਲੀ ਤੁਸੀਂ ਖੁਦਾ ਦੀ ਕਲੀਸੇ ਲਈ ਪ੍ਰਾਰਥਨਾ ਕਰਦੇ ਇਹਨਾਂ ਨੂੰ ਕਿਤੇ ਖੁਦਾ ਦੇ ਕਰੋਧ ਦਾ ਸਾਹਮਣਾ ਨਾ ਕਰਨਾ ਪਵੇ ਪ੍ਰੇਮ ਸੀ ਤੇ ਮਿਸਰ ਦੇ ਵਿੱਚੋਂ ਕੱਢ ਕੇ ਲਿਆ ਜਦੋਂ ਹੁਕਮ ਦੇ ਚ ਬਣੇ ਨਾ ਨਾ ਰਹੇ ਫਿਰ 모ਸਾ ਨੂੰ ਕਹਿੰਦਾ 모ਸਾ ਇੱਕ ਸਾਈਡ ਤੇ ਹੋ ਜਾ ਅੱਜ ਮੈਂ ਸਾਰੀ ਕੋਮ ਮਾਰ ਹੀ ਸੁੱਟਣੀ ਐ ਮੈਂ ਫਿਰ ਤੇਰੇ ਉਤੋਂ ਇੱਕ ਜਾਤੀ ਬਣਾਵਾਗਾ ਤੇ ਫਿਰ ਮੈਂ ਉਹਨਾਂ ਨੂੰ ਉਸ ਵਾਅਦੇ ਦੀ ਧਰਤੀ ਦੇ ਵਿੱਚ ਲੈ ਕੇ ਜਾਵਾਂ ਕੀ ਅਸੀਂ ਵੀ ਉਸ ਕਰੋਧ ਨੂੰ ਦੇਖ ਕੇ ਬੰਦੇ ਦੇ ਪੁੱਤਰ ਬਣਾਂ ਜਾ ਉਸ ਤੋਂ ਪਹਿਲਾਂ ਗੋਡੇ ਟੇਕ ਦੀ ਪਿਆਰਿਓ ਪਰਮੇਸ਼ਵਰ ਦੇ ਧੀਰਜ ਨੂੰ ਅਸੀਂ ਵਿਅਰਥ ਨਾ ਜਾਣੀ ਬਲਕਿ ਉਹਦੇ ਰਹਿਮ ਨੂੰ ਇਕੱਠਿਆਂ ਕਰੀਏ ਤਾਂ ਕਿ ਵੇਲੇ ਸਿਰ ਜੇ ਕਰੋਧ ਇਕੱਠਾ ਕਰਾਂਗੇ ਤੇ ਕਰੋਧ ਸਾਡੇ ਵੇਲੇ ਸਿਰ ਸਾਡਾ ਨਾਸ਼ ਕਰੇਗਾ ਤੇ ਜੇ ਉਹਦੇ ਰਹਿਮ ਨੂੰ ਇਕੱਠਾ ਕਰਾਂਗੇ ਤੇ ਰਹਿਮ ਵਿਲੇ ਸਿਰ ਸਾਡਾ ਭਲਾ ਕਰੇਗਾ। ਜੋ ਕਰੋਧ ਦੇ ਵਿੱਚ ਆ ਕੇ ਉਹਨੇ ਕਹਿ ਦਿੱਤਾ ਸੀ ਕਹਿੰਦਾ हट ਜਾ ਹੁਣ ਇਹ ਸਾਰੇ ਮਾਰ ਦੇਣੇ ਮੈਂ। ਇੱਕ ਰੋਜ਼ ਹੀ ਸਗਾਈ ਲਈ ਜਿਆਦਾ। ਕਹਿੰਦਾ ਰੱਬਾ ਮੈਂ ਤੇਰੇ ਇਸ ਸ਼ਹਿਰ ਦੇ ਵਿੱਚ ਇਹੋ ਜਿਹੇ ਬਦਕਾਰਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਅੱਜ ਮੈਂ ਕੰਮ ਹੀ ਖਤਮ ਕਰ ਗਿਆ। ਅਨਕ ਤੇ ਜਲਨ ਪਰਮੇਸ਼ਰ ਜਿੰਨੀ ਰੱਖਦਾ ਹੈ। ਅਗਰ ਕਿਸੇ ਸੇਵਕ ਦੇ ਵਿੱਚ ਉਹ ਨਹੀਂ ਹੈ ਤਾਂ ਉਹਨੂੰ ਸੇਵਕ ਹੋਣ ਦਾ ਕੋਈ ਹੱਕ ਨਹੀਂ। ਪਰਮੇਸ਼ਰ ਦੀ ਗੈਰਤ ਤੇ ਅਨਕ ਹੀ ਇੱਕ ਸੇਵਕ ਦੀ ਪਛਾਣ ਆ। ਚਾਪ ਲੁੱਸੀਆਂ ਸੇਵਕ ਦੀ ਪਛਾਣ ਨਹੀਂ। ਐਵੇਂ ਝੂਠੀਆਂ ਦੰਦੀਆਂ ਕੱਢ-ਕੱਢ ਕੇ ਲੋਕਾਂ ਨੂੰ ਖੁਸ਼ ਚਿਹਰਾ ਦਿਖਾਉਣਾ ਪਰਮੇਸ਼ਰ ਦੇ ਸੇਵਕ ਦੀ ਪਛਾਣ ਨਹੀਂ। ਬਲਕਿ ਪਰਮੇਸ਼ਰ ਦੇ ਸੇਵਕ ਦੀ ਪਛਾਣ ਪਰਮੇਸ਼ਰ ਦੀ ਗੈਰਤ ਨੂੰ ਲੈ ਕੇ ਚੱਲਦੇ ਸਕੇ ਇਹ ਨਹੀਂ ਜਾਂ ਕਹਿੰਦਾ ਮੈਂ ਤੇਰੀ ਅਣਖ ਤੇ ਗੈਰਤ ਦੇ ਵਿੱਚ ਸੜਿਆ ਪਿਆ ਹਾਂ ਸੋ ਇਹ ਸਭ ਕੁਝ ਕੀ ਹੈ ਭਲਾ ਇਹ ਜ਼ਰੂਰੀ ਹੈ ਔਰ ਇੱਕ ਜੀਵਨ ਦੇ ਵਿੱਚ ਇਹ ਹੋਣਾ ਚਾਹੀਦਾ ਇਹ ਲਾਜ਼ਮੀ ਹੈ ਇਸ ਤੋਂ ਬਿਨਾ ਕੰਮ ਬੰਣਾ ਇਸ ਤੋਂ ਬਿਨਾ ਕੰਮ ਨਹੀਂ ਬੰਣਾ ਸੋ ਪਿਆਰਿਓ ਅਸੀਂ ਵਚਨ ਸ਼ੁਰੂ ਕੀਤਾ ਸੀ ਤੁਹਾਡੇ ਕਾਰਨ ਪਰਮੇਸ਼ਵਰ ਦੇ ਨਾਮ ਦੀ ਨਿੰਦਾ ਹੁੰਦੀ ਹੈ। ਔਰ ਉਹ ਨਿੰਦਾ ਜਿਹੜੀ ਗਲਤ ਤਰੀਕਿਆਂ ਦੇ ਨਾਲ ਅਗਰ ਹੁੰਦੀ ਹੋਵੇ ਤੇ ਪਰਮੇਸ਼ਵਰ ਦੇ ਘਰਾਣੇ ਦੇ ਹੋਣ ਦੇ ਕਾਰਨ ਤੁਹਾਡਾ ਫਰਜ਼ ਬਣਦਾ ਜੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਪਰਿਵਾਰ ਦਾ ਕੋਈ ਜੀ ਤੁਹਾਡੇ ਪਰਿਵਾਰ ਦੀ ਇੱਜ਼ਤ ਨੂੰ ਤੰਝ ਤੇ ਛਾੜਦਾ ਹੋਵੇ। ਜੇ ਤੁਸੀਂ ਲੋਕ ਲਾਜ ਸ਼ਰਮ ਨੂੰ ਧਿਆਨ ਚ ਰੱਖਦੇ ਹੋਏ ਉਹਨੂੰ ਇਹ ਕਰਨ ਦੀ ਇਜਾਜ਼ਤ ਦਵੋਗੇ ਜਾਂ ਕੇ ਆਪਣੇ ਖਾਨਦਾਨ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਦੇ ਲਈ ਉਹਨੂੰ ਬੇਦਖਲ ਕਰੋਗੇ ਜਦੋਂ ਤੁਸੀਂ ਆਪ ਐਕਸ਼ਨ ਲਓਗੇ ਨਾ ਆਪਣੇ ਘਰ ਦੇ ਪਰਿਵਾਰ ਦੇ ਜੀ ਦੇ ਖਿਲਾਫ ਤੇ ਲੋਕਾਂ ਦੇ ਵਿੱਚ ਨਿੰਦਾ ਨਹੀਂ ਲੋਕੀ ਤੁਹਾਡੀ ਪ੍ਰਸ਼ੰਸਾ ਕਰਨਗੇ ਫੈਸਲਾ ਲੈਣ ਵਾਲੇ ਲੋਕ ਆ ਜਿੱਦਾਂ ਦਾ ਇਹਨਾਂ ਦਾ ਪਰਮੇਸ਼ਵਰ ਗੈਰਤਮੰਦ ਹੈ ਜਿੱਦਾਂ ਦਾ ਇਹਨਾਂ ਦਾ ਪਰਮੇਸ਼ਰ ਫੈਸਲਾ ਲੈਂਦਾ ਆ ਉਦਾਂ ਹੀ ਇਹ ਵੀ ਫੈਸਲਾ ਲੈਣ ਦੀ ਜ਼ਰੂਰਤ ਰੱਖਦੇ ਸੋ ਇਸ ਦੀ ਯਾਦ ਰੱਖਣਾ ਸੀ ਜਿੱਥੇ ਉਹ ਪ੍ਰੇਮੀ ਦਿਆਲੂ ਪਿਤਾ ਪਰਮੇਸ਼ਰ ਆ ਨਾ ਉਥੇ ਪਸ਼ਮ ਕਰਨ ਵਾਲੀ ਆਗਿਆ ਉਥੇ ਲਿਖਿਆ ਦਾ वचन ਇੱਕ ਹਥੌੜਾ ਆ ਉਥੇ ਲਿਖਿਆ ਦਾ वचन ਇੱਕ ਤਲਵਾਰ ਆ ਔਰ ਇਹ वचन ਹੀ ਯਿਸੂ ਮਸੀਹ ਹੈ ਕਿਤੇ ਇਹ ਫੁੱਲਾਂ ਵਾਂਗੂ ਕੋਮਲ ਹੈ ਕਿਤੇ ਕੱਟਣ ਵਾਲੀ ਤਲਵਾਰ ਹੈ ਕਿਤੇ ਭਸਮ ਕਰਨ ਵਾਲੀ ਆਗਿਆ ਤੇ ਕਿਤੇ ਪੀ ਸੁੱਟਣ ਵਾਲਾ ਥੋੜਾ ਵੀ ਹੈ ਤੇ ਉਹੀ ਪਰਮੇਸ਼ਵਰ ਜਿਹਦੀ ਇਹ ਆਦਤ ਹੈ ਉਹ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਸਾਡੇ ਅੰਦਰ ਹੈ ਤੇ ਜਦੋਂ ਸਾਡੇ ਅੰਦਰ ਹੈ ਤੇ ਉਹਦਾ ਪੂਰੇ ਦਾ ਪੂਰਾ ਸੁਭਾਅ ਵੀ ਸਾਡੇ ਅੰਦਰ ਹੈ ਤੇ ਫਿਰ ਪ੍ਰੇਮ ਜਿੱਥੇ ਸਾਡੇ ਅੰਦਰ ਆ ਨਾ ਉੱਥੇ ਉਹਦੀ ਜਲਨ ਤੇ ਉਹਦੀ ਅਣਖ ਵੀ ਸਾਡੇ ਅੰਦਰ ਆ। ਉੱਥੇ ਫਿਰ ਉਹਦਾ ਕਰੋਧ ਜਿਹੜਾ ਉਹਨੇ ਇਸرائیਲੀਆਂ ਦੇ ਉੱਪਰ ਲਿਆਂਦਾ ਉੱਥੇ ਫਿਰ ਉਹਦਾ ਕਰੋਧ ਉਹੋ ਹੀ ਕਰੋਧ ਸਾਡੇ ਅੰਦਰ ਆ। ਉਸੇ ਕਰੋਧ ਨੂੰ ਯਿਸੂ ਮਸੀਹ ਪ੍ਰਗਟ ਕਰਦਾ ਹੈ। ਉਸੇ ਕਰੋਧ ਨੂੰ ਸੰਤ ਪਲੂਸ ਉਹ ਤੇ ਪੱਤਰਸ ਦਾ ਲਿਆਇ ਨਹੀਂ ਕਰਦਾ। ਨਹੀਂ ਤੇ ਪੱਤਰਸ ਕਹਿ ਸਕਦਾ ਸੀਗਾ ਸੀ ਯਿਸੂ ਮਸੀਹ ਦੇ ਨਾਲ ਨਹੀਂ ਆ ਨ ਯਿਸੂ ਮਸੀਹ ਆ ਤੂੰ ਕੱਲ ਆ ਕੇ ਸਾਨੂੰ ਸਿਖਿਆ ਦੇਣਾ। ਉਹਨੇ ਸਾਰਿਆਂ ਦੇ ਸਾਹਮਣੇ ਪੱਥਰ ਸੁੱਟ ਛਿੜਕ ਦਿੱਤਾ ਤਾਂ ਕਿ ਬਾਕੀਆਂ ਦਾ ਗਲਤੀ ਕਰਨ ਦਾ ਹੌਂਸਲਾ ਨਾ ਪਵੇ। ਉਹਨੇ ਪਰਵਾਹ ਨਹੀਂ ਕੀਤੀ ਕਿ ਪੱਥਰਸ ਮੈਨੂੰ ਛਿੜਕਦਾ ਤੂੰ ਕੌਣ ਹੁੰਦਾ? ਤੈਨੂੰ ਪਤਾ ਹੀ ਐਸਮਸੀ ਨੇ ਮੈਨੂੰ ਕਿਹਾ ਸੀ ਕਿ ਤੇਰੇ ਦੁਆਰਾ ਮੈਂ ਕਲਿਸਿਆਨ ਸ਼ੁਰੂ ਕਰੂੰਗਾ। ਉਹਨੇ ਕੋਈ ਇਦਾਂ ਦਾ ਲਿਆਇ ਨਹੀਂ ਕੀਤਾ। ਉਹਨੇ ਕਿਹਾ ਜਿਹੜੀ ਚੀਜ਼ ਗਲਤ ਆ ਉਹ ਗਲਤ ਆ। ਜੀ ਇਹ ਕਹਿੰਦਾ ਤੂੰ ਯਹੂਦੀ ਹੋ ਕੇ ਯਹੂਦੀਆਂ ਦੀ ਰੀਤ ਉੱਤੇ ਨਹੀਂ ਚੱਲਦਾ ਤੇ ਤੂੰ ਗੈਰ ਕੋਮਨ ਜਿਹੜਾ ਗੈਰ ਯਹੂਦੀ ਆ ਉਹਨਾਂ ਨੂੰ ਯਹੂਦੀ ਰੀਤ ਉੱਤੇ ਕਿੱਦਾਂ ਚਲਾਵੇਂਗਾ? ਉਸੇ ਤਰ੍ਹਾਂ ਅੱਜ ਸਾਨੂੰ ਚਾਹੀਦਾ ਹੈ ਤੂੰ ਮਸੀਹ ਹੋ ਕੇ ਮਸੀਹੀ تعلیم ਦੇਤੇ ਨਹੀਂ ਚੱਲਦਾ ਤੇ ਫਿਰ ਤੂੰ ਗੈਰ ਮਸੀਹੀਆਂ ਨੂੰ ਮਸੀਹੀ تعلیم ਦੀ ਸਿੱਖਿਆ ਕਿੱਦਾਂ ਦਵੇਂਗਾ ਸੋ ਪਿਆਰੇ ਅਜੀਜੋ ਅੱਜ ਫੈਸਲਾ ਲਈਏ ਸਾਡੇ ਕਾਰਨ ਸਾਡੇ ਪਿਤਾ ਦੀ ਬਦਨਾਮੀ ਨਾ ਹੋਵੇ ਜਿਹੜਾ ਪਿਤਾ ਦੀ ਇੱਜ਼ਤ ਉਛਾਲਦਾ ਉਹ ਪਿਤਾ ਦੇ ਲਈ ਇੱਕ ਬੇਇੱਜ਼ਤੀ ਦਾ ਸਬਬ ਹੁੰਦਾ ਹੈ ਸੋ ਸੀ ਆਪਣੇ ਪਿਤਾ ਦੀ ਬੇਇੱਜ਼ਤੀ ਨਹੀਂ ਹੋਣ ਦੇਣੀ ਨਾ ਅਸੀਂ ਆਪ ਕਰਨੀ ਹੈ ਤੇ ਨਾ ਅਸੀਂ ਕਿਸੇ ਨੂੰ ਕਰਨ ਦੇਣੀ ਹੈ ਸੋ ਇਹ ਜਰੂਰੀ ਹੈ ਅਸੀਂ 크리ਸਚੀਅਨ ਨੂੰ ਸੱਚੀ ਸਿੱਖਿਆ ਦੇ ਕੇ ਉਹਨੂੰ ਪਰਮੇਸ਼ਵਰ ਦੀ ਮਾਨੇਦ ਬਣਾਈਏ ਕਿਉਂਕਿ ਉਹਨੇ ਆਪਣਾ ਵਚਨ ਸਾਨੂੰ ਇਸੇ ਲਈ ਦਿੱਤਾ ਕਿ ਇਸ ਵਚਨ ਦੇ ਨਾਲ ਸ਼ਿੰਗਾਰ ਕੇ ਜੈਸਾ ਉਹ ਹੈ ਵੈਸਾ ਹੀ 크리ਸਚੀਅਨ ਬਣਾਈਏ ਤੇ ਵੈਸੇ ਹੀ ਆਪਨੇ ਖੁਦਾਤਾ ਅਨੁਸਾਰ ਬੜੀ ਆਸ਼ੀਸ਼ ਦੇ ਆਓ ਪ੍ਰਾਰਥਨਾ ਕਰਦੇ ਹਾਂ ਪਿਆਰੇ ਖੁਦਾਮੇ ਖੁਦਾ ਤੁਹਾਡਾ ਸ਼ੁਕਰ ਕਰਦੇ ਆ ਤੁਹਾਡੀ ਦਇਆ ਤੁਹਾਡੀ ਮੁਹੱਬਤ ਜਿਹੜੀ ਤੁਹਾਡੇ ਸੱਚੇ ਸੁੱਚੇ ਵਚਨਾਂ ਦੇ ਲਈ ਖੁਦਾਵੰਦ ਜਿੰਨੀਆਂ ਵੀ ਜ਼ਿੰਦਗੀਆਂ ਨੇ ਸੁਣਿਆ ਇਹ ਵਚਨ ਹਰੇਕ ਜ਼ਿੰਦਗੀ ਦੇ ਲਈ ਲਾਭਕਾਰੀ ਹੋਵੇ ਖੁਦਾਵੰਦ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ ਆ ਤੇਰਾ ਵਚਨ ਉਹ ਸਾਰੇ ਭਰਮ ਤੋੜੇ ਅਗਰ ਕਿਸੇ ਨੂੰ ਕੋ ਸਾਡੇ ਨਾਲ ਕੋਈ ਪਰਸਨ ਰੰਜਿਸ਼ ਆ ਜਾਂ ਅਸੀਂ ਉਹਨੂੰ ਚੰਗੇ ਨਹੀਂ ਲੱਗਦੇ ਉਹ ਇੱਕ ਅਲੱਗ ਵਿਸ਼ਾ ਉਹ ਬੇਸ਼ੱਕ ਸਾਨੂੰ ਚੰਗੇ ਨਾ ਸਮਝੇ ਪਰ ਤੇਰਾ ਚੰਗਾ ਵਚਨ ਉਹ ਗ੍ਰੈਂਡ ਕਰਕੇ ਆਪਣੇ ਜੀਵਨ ਨੂੰ ਚੰਗਾ ਬਣਾਵੇ ਪਿਤਾ ਜੀ ਇੱਕ ਇੱਕ ਜ਼ਿੰਦਗੀ ਦੇ ਨੇ ਤੇਰੇ ਰਹਿਮ ਨੂੰ ਮੰਗ ਲੈਣੇ ਜਿੰਨੀਆਂ ਵੀ ਜ਼ਿੰਦਗੀਆਂ ਨੇ ਪ੍ਰਾਰਥਨਾ ਕਰਨ ਦੇ ਨੇ ਕਿ ਆ ਇੱਕ ਇੱਕ ਨੂੰ ਤੇਰੇ ਤਖਤ ਦੇ ਅੱਗੇ ਲੈ ਕੇ ਆਉਣੇ ਕੋਈ ਬਿਮਾਰ ਆ ਕੋਈ ਦੁਖੀ ਆ ਕੋਈ ਲਾਚਾਰ ਆ ਤੁਸੀਂ ਸਾਡੇ ਮੰਗਣ ਤੋਂ ਪਹਿਲਾਂ ਜਾਣਦੇ ਹੋ ਪਿਤਾ ਜੀ ਇਸ ਦੇ ਤੁਸੀਂ ਆਪਣੇ ਰਹਿਮ ਨੂੰ ਆਪਣੇ ਲੋਕਾਂ ਤੇ ਅੰਡੇਲ ਦਿਓ ਪਰ ਆਪਣੀ ਮਹਿਮਾਨ ਨੂੰ ਆਪਣੇ ਲੋਕਾਂ ਦੇ ਵਿੱਚ ਪ੍ਰਗਟ ਤੁਹਾਡਾ ਨਾਮ ਸਾਰੀਆਂ ਗੱਲਾਂ ਦੇ ਵਿੱਚ ਉੱਚਾ ਸਾਡੀ ਪ੍ਰਾਰਥਨਾ ਸੁਣੋ ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ ਆਮੀਨ ਹੁਣ ਸਾਡੇ ਖੁਦਾਵੰ ਯਿਸੂ مسیਹ ਦਾ ਫضل ਖੁਦਾ ਦੀ ਮੁਹੱਬਤ پاک ਰੂਹ ਦੀ ਸੰਗਤ ਹੋਂਦ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਹੇ ਆਮੀਨ ਖੁਦਾਤ ਅਨੁਸਾਰ ਇਹਨਾਂ ਨੂੰ ਬੜੀ ਆਸ਼ੀਸ਼ ਤੇ ਬੜੀ ਬਰਕਤ ਦੇਵੇ ਕੱਲ ਫਿਰ ਨਿਊਯਾਰਕ ਦੇ ਟਾਈਮ ਦੇ ਮੁਤਾਬਕ ਅਸੀਂ ਰਾਤ 10:30 ਵਜੇ ਇਸੇ ਤਰ੍ਹਾਂ ਬਾਈਬਲ ਕਲਾਸ ਦੇ ਵਿੱਚ ਆਨਲਾਈਨ ਬਾਈਬਲ ਕਲਾਸ ਦੇ ਵਿੱਚ ਇਕੱਠੇ ਹੋਵਾਂਗੇ ਉਸ ਵਕਤ ਇੰਡੀਆ ਦੇ ਵਿੱਚ 9 ਵਜੇ ਹੁੰਦੇ ਹਨ ਸੁਖਦਾਤਾ ਅਨੁਸਾਰ ਇਹਨਾਂ ਨੂੰ ਬੜੀ ਬਰਕਤ ਦੇਵੇ ਦੁਆਵਾਂ 'ਚ ਯਾਦ ਰੱਖਣਾ ਔਰ ਜਿੱਥੋਂ ਤੱਕ ਹੋ ਸਕੇ ਪ੍ਰਭੂ ਦੇ ਲਈ ਨਿਕਲੋ ਘਰਾਂ ਦੇ ਵਿੱਚੋਂ ਔਰ ਯੋਧੇ ਬਣੋ ਔਰ ਮਸੀਹ ਦੇ ਉਸ ਮਕਸਦ ਨੂੰ ਜਿਹਦੇ ਲਈ ਉਹਨੇ ਸਾਨੂੰ ਬੁਲਾਇਆ ਆਪਣੇ ਜੀਵਨ ਦੇ ਵਿੱਚ ਪੂਰਾ ਕਰੋ ਸਾਰਿਆਂ ਨੂੰ ਮੇਰੇ ਵੱਲ ਜੈਮ ਸੀ ਖੁਦਾਤਾ ਨੂੰ ਬੜੀ ਬਰਕਤ